ਬਹੁਤ ਫਰਕ ਹੈ ਜੀ ਨਵੇਂ ਫਾਰਮ ਟਰੱਕ 45 ਜਿਹੜਾ ਇੰਜਨ ਆ ਰਿਹਾ ਉਹੀ ਆ ਰਿਹਾ ਇਹਦੇ ਚ ਤੇ ਚੋਹੀ ਇੰਜਨ ਹੈ ਲੱਗਿਆ ਹੋਇਆ ਬਿਲਕੁਲ ਲੇਟੈਸਟ ਟੈਕਨੋਲੋਜੀ ਨਾਲ ਆਇਆ ਜੀ ਟਰੈਕਟਰ ਜਿਵੇਂ ਫੋਰਡ ਲੱਗਦਾ ਨਾ ਕਿ ਇੱਕ ਛੋਟਾ ਜਿਹਾ ਟਰੈਕਟਰ ਲੱਗਦਾ ਦੂਰੋਂ ਦੇਖਣ ਨੂੰ ਇਹ ਬਹੁਤ ਵੱਡੇ ਲੱਗਦੇ ਨੇ ਇਹ ਵੱਡੇ ਹੋ ਗਏ ਜੀ ਕਾਫੀ ਵੱਡੇ ਹੋ ਗਏ ਹਾਂਜੀ ਕਾਫੀ ਵੱਡੇ ਹੋ ਗਏ ਹਾਂਜੀ ਬਹੁਤ ਸੋਹਣੀ ਸੀਟ ਹੈ ਜੀ ਲੱਗੀ ਬਹੁਤ ਸੋਹਣੀ ਲੱਗਦੀ ਹੈ ਤੇ ਇਹ ਆਟੋ ਫਿਟ ਕੰਪਨੀ ਦੀ ਸੀਟ ਹੈ ਜੀ ਇਹਦੇ ਚ ਕਾਫੀ ਐਡਜਸਟਮੈਂਟ ਦੇ ਆਪਸ਼ਨਸ ਮਿਲਦਾ ਇੱਥੇ ਕਾਫੀ ਕਈ ਕੁਝ ਐਡਜਸਟ ਹੋ ਜਾਂਦਾ ਹੋਣਾ ਵੇਟ ਵੂਟ ਦੇ ਇੱਥੇ ਰੀਡਿੰਗ ਵੀ ਆਉਂਦੀ ਆ ਸੋ ਚੰਗੀ ਸੀਟ ਹੈ ਜੀ ਬਹੁਤ ਸੋਹਣੀ ਸੀਟ ਬਣੀ ਹੋਈ ਹੈ ਹਾਲ ਲੱਗਿਆ ਹੋਇਆ ਜੀ ਟਰਾਂਸਪੋਰਟੇਸ਼ਨ ਦਾ ਲੌਕ ਲੱਗਿਆ ਹੋਇਆ ਇਹਨੂੰ ਅਸੀਂ ਲਿਫਟ ਉੱਪਰ ਚੱਕ ਕੇ ਇਹਨੂੰ ਲੌਕ ਕਰਦੇ ਤਾਂ ਜਿਹੜਾ ਇੰਪਲੀਮੈਂਟਰ ਥੱਲੇ ਨਹੀਂ ਆਉਂਦਾ ਜੀ ਠੀਕ ਹੈ ਦੂਜਾ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਠੀਕ ਹੈ ਜੀ ਜੇ ਆਪਾਂ ਡਬਲ ਐਕਟਿੰਗ ਆ ਵੀ ਜੇ ਆਪਾਂ ਚਲਾਉਣਾ ਇਹਦੇ ਨਾਲ ਕੋਈ ਵੀ ਇਕਵਿਪਮੈਂਟ ਚਲਾਉਣਾ ਆ ਹਾਈਡ੍ਰੋਲਿਕ ਆਪਰੇਟਡ ਤੇ ਉਹ ਨਾਲ ਲੱਗਿਆ ਹੋਇਆ ਜੀ ਕਿਆ ਮੈਂ ਯਹਾਂ ਸੇ ਸੁੰਦਰ ਲੱਗ ਰਹਾ ਹੂੰ ਬਿੱਲੇ ਇਹਦੀ ਲਾਈਟ ਆਨ ਕਰ ਦੇ ਆ ਦੇਖ ਉਹ ਤੇਰੀ ਪਹਿਲਾਂ ਤਾਂ ਜਿੰਨੀ ਵਾਰੀ ਆਪਾਂ ਭਾਜੀ ਹੁਣਾਂ ਦੀ ਵੀਡੀਓ ਕੀਤੀ ਆ ਉਦੋਂ ਹੁੰਦੇ ਸੀਗੇ ਦੋ ਟਰੈਕਟਰ ਹੁੰਦੇ ਸੀ ਤਿੰਨ ਹੁੰਦੇ ਸੀਗੇ ਅੱਜ ਹੋ ਗਏ ਆ ਇੱਕ ਦੋ ਤਿੰਨ ਚਾਰ ਅੱਜ ਚਾਰ ਟਰੈਕਟਰ ਆ ਜੀ ਜਦੋਂ ਵੀ ਸ਼ੂਟ ਕਰਨਾ ਹੋਵੇ ਸਟਿੱਕਰ ਲੱਗਦੇ ਪਏ ਆ ਮਾੜੀਆਂ ਮੋਟੀਆਂ ਕਲਮਾਂ ਜਿੱਥੇ ਜਿੱਥੇ ਹਲਕੀ ਜਿਹੀ ਪੇਂਟ ਹੋਣ ਵਾਲਾ ਆ ਜਿਵੇਂ ਆ ਕਵਰਿੰਗ ਕਰਕੇ ਜਿੱਥੇ ਜਿੱਥੇ ਰੰਗ ਹੋਣਾ ਥੋੜ੍ਹੀ ਥੋੜ੍ਹੀ ਜਗ੍ਹਾ ਦੇ ਉੱਤੇ ਉਹ ਅਤੇ ਕੋਈ ਸਾਫ਼ ਸਫਾਈ ਟਾਇਰ ਪੋਲਿਸ਼ ਕਰਨੇ ਆ ਇਹ ਚੀਜ਼ਾਂ ਅਤੇ ਵੀਡੀਓ ਸਾਡੀ ਘੈਂਟ ਬਣੀ ਜਾਵਾਂ ਯਾਲਾ ਹਬੀਬੀ ਹਾਂਜੀ ਗੁਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਅਤੇ ਮੈਨੂੰ ਲੱਗਦਾ ਆਪਾਂ ਅੱਜ 2 ਮਹੀਨੇ ਦੇ ਨੇੜੇ ਤੇੜੇ ਹੋ ਗਏ ਨੇ ਆਪਾਂ ਨੂੰ ਪਹਿਲਾਂ ਵੀਡੀਓ ਕੀਤੀ ਨੂੰ ਹਾਂਜੀ ਕਾਫੀ ਦੇਰ ਬਾਅਦ ਵੀਡੀਓ ਕਰ ਰਹੇ ਜੀ ਆਪਾਂ ਇਸ ਵਾਰੀ ਹਾਂਜੀ ਅਤੇ ਵੀਡੀਓ ਦੇ ਵਿੱਚ ਐਤਕੀ ਜੀ ਆਪਾਂ ਜਿੰਨੀ ਲੇਟ ਕਰ ਰਹੇ ਹਾਂ ਤਾਂ ਉਨੇ ਆਪਣੇ ਕੋਲ ਟਰੈਕਟਰਾਂ ਦੀ ਗਿਣਤੀ ਵੀ ਵੱਧ ਗਈ ਆ ਨਾ ਹਾਂਜੀ ਕੰਟੈਂਟ ਵੀ ਡਿਫਰੈਂਟ ਆ ਜੀ ਟਰੈਕਟਰ ਵੀ ਡਿਫਰੈਂਟ ਡਿਫਰੈਂਟ ਨੇ ਹਾਂਜੀ ਅਤੇ ਵੈਰੀ ਗੁੱਡ ਟਿੰਬੀ ਵਿੱਚ ਹੀ ਲੈ ਜਾਓ ਚਲੋ ਮਾਮਾ ਵੀਡੀਓ ਕਰਦੇ ਚਲੋ ਜਾਓ ਜਾਓ ਗੋ ਤੇ ਭਾਜੀ ਆਪਾਂ ਗੱਲ ਕਰਦੇ ਸੀ ਕਿ ਟਰੈਕਟਰ ਅੱਜ ਆਪਣੇ ਕੋਲ ਬਹੁਤ ਹੋ ਗਏ ਨੇ ਇਸ ਵੀਡੀਓ ਦੇ ਵਿੱਚ ਤੇ ਮੈਂ ਦੇਖ ਰਿਹਾ ਕਿ ਇੱਕ ਆਪਣੇ ਕੋਲ ਮੈਸੀ ਆ ਤਿੰਨ ਫੋਰਡ ਪਰ ਤਿੰਨੋਂ ਅੱਡ ਅੱਡ ਨੇ ਹਾਂਜੀ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੀ ਸੀ ਕਿ ਤਿੰਨਾਂ ਦੇ ਵਿੱਚੋਂ ਦੋ ਫੋਰਡ ਨੇ ਇੱਕ ਫਾਰਮ ਟਰੈਕ ਹੈ ਹਾਂਜੀ ਇੱਕ ਫਾਰਮ ਟਰੈਕ ਹੈ ਤੇ ਆਪਾਂ ਸਟਾਰਟਿੰਗ ਉਹਦੇ ਤੋਂ ਕਰੀਏ ਪਹਿਲਾਂ ਆਪਾਂ ਫਾਰਮ ਟਰੈਕ ਤੋਂ ਕਰ ਲੈਨੇ ਜੀ ਚਲੋ ਆ ਜਾ ਆਪਾਂ ਪਹਿਲਾਂ ਦਿਖਾ ਦਿੰਦੇ ਆ ਆਪਾਂ ਮੈਸੀ ਤੋਂ ਕਰ ਸਕਦੇ ਹਾਂ ਸਟਾਰਟਿੰਗ ਆਪਾਂ ਐਵੇਂ ਕਰਦੇ ਪਹਿਲਾਂ ਮੈਸੀ ਦਿਖਾ ਦਿੰਦੇ ਆ ਠੀਕ ਹੈ ਜੀ ਫਿਰ ਆਪਾਂ ਕੰਟੀਨਿਊਸਲੀ ਫਿਰ ਕਿਉਂਕਿ ਫੋਰਡਸ ਤਾਂ ਆਪਾਂ ਕਰਦੇ ਰਹਿੰਦੇ ਆ ਜੀ ਹਾਂਜੀ ਸੋ ਫੋਰ ਅ ਚੇਂਜ ਇਸ ਵਾਰੀ 243 ਕੀਤਾ ਜੀ ਅਸੀਂ ਐਂਡ ਇਹ ਵੈਸੇ ਐਗਜ਼ਿਸਟਿੰਗ ਮਾਡਲ ਆ ਨਵੇਂ ਆਉਂਦੇ ਇਹਦੇ ਨਾਲ ਦੇ ਕੋਈ ਏਡੀ ਗੱਲ ਨਹੀਂ ਆ ਕਿ ਦੇਖਣ ਨੂੰ ਨਵਾਂ ਵੀ ਲੱਗਦਾ ਇਸ ਵੇਲੇ ਨਾ ਨਵਾਂ ਹੀ ਲੱਗ ਰਿਹਾ ਜਿਹੜਾ ਬੰਦਾ ਆਉਂਦਾ ਦੇਖਣ ਨੂੰ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਨਵਾਂ ਲਿਆਂਦਾ ਇਹਨਾਂ ਨੇ ਸੋ ਬਿਲਕੁਲ ਨਵਾਂ ਲੱਗਦਾ ਕਿਉਂਕਿ ਐਗਜ਼ਿਸਟਿੰਗ ਆ ਰਿਹਾ ਅੱਜ ਕੱਲ ਇਸ ਕਰਕੇ ਇਹਦਾ ਭਲੇਖਾ ਪੈ ਜਾਂਦਾ ਜੀ ਫੋਰਡ ਦਾ ਤਾਂ ਸਾਰਿਆਂ ਨੂੰ ਪਤਾ ਨਾ ਵੀ ਫੋਰਡ ਆਉਂਦੇ ਨਹੀਂ ਸੋ ਤਿਆਰ ਹੋਏ ਹੋਏ ਹਾਂਜੀ ਇਹਦੇ ਜਿੱਦਾਂ ਦਾ ਨਹੀਂ ਆ ਤੇ ਵੈਸੇ ਕਿਹੜੇ ਸਾਲ ਦਾ ਮਾਡਲ ਹੈ ਇਹ 2003 ਜਾਂ 4 ਦਾ ਹੋਊਗਾ ਜੀ 2003-4 ਦਾ ਜੇ ਕੋਈ ਹੁਣ ਦੇਖੂਗਾ ਉਹਨੂੰ ਐ ਲੱਗੂਗਾ ਐਸੇ ਵੇਲੇ ਨਾ ਇਹਨੂੰ ਆਪਾਂ ਏਜੰਸੀ ਚੋਂ ਕਢਾ ਕੇ ਲਿਆਏ ਆ ਇਹਦੀ ਹਾਲਤ ਬਹੁਤ ਖਰਾਬ ਸੀ ਜਦੋਂ ਸਾਡੇ ਕੋਲ ਆਇਆ ਸੀ ਮੈਂ ਕੋਸ਼ਿਸ਼ ਕਰੂੰਗਾ ਕਿ ਮੇਰੇ ਕੋਲ ਅਗਰ ਪੁਰਾਣੇ ਇਹਦੇ ਕੋਈ ਹੋਏ ਹਾਂਜੀ ਕੋਈ ਵੀਡੀਓਜ਼ ਵਗੈਰਾ ਜਾਂ ਕੁਝ ਤਾਂ ਮੈਂ ਸ਼ੇਅਰ ਕਰੂੰਗਾ ਇਹਦੀ ਸ਼ੋਅ ਤੇ ਪੂਰਾ ਜੰਗ ਸੀਗਾ ਜੀ ਪੂਰਾ ਜੰਗ ਲੱਗਿਆ ਹੋਇਆ ਸੀ ਅੱਛਾ ਇਹਨਾਂ ਮਾਡਲਸ 'ਚ ਪ੍ਰੋਬਲਮ ਆਉਂਦੀ ਸੀ ਰੰਗ ਪੱਟ ਹੋਣ ਦੀ 2004-5-6 ਉਹਨਾਂ ਸਾਲਾਂ ਨੇ ਇਹਨਾਂ 'ਚ ਵੀ ਆਏ ਸੀ ਤੇ ਫਾਰਮ ਟਰੈਕ ਵੀ ਆਏ ਸੀ ਹਾਂਜੀ ਇਹਨਾਂ ਦੇ ਰੰਗ ਪੱਟ ਹੋ ਜਾਂਦੇ ਸੀ ਸਪੈਸ਼ਲੀ ਜੋ ਅਸੀਂ ਦੇਖਿਆ ਜੀ ਕਿ ਜਿਨ੍ਹਾਂ ਦੇ ਪੀਲੇ ਪ੍ਰਾਈਮਰ ਲੱਗੇ ਹੁੰਦੇ ਸੀ ਥੱਲੇ ਅੱਛਾ ਉਹਨਾਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਰੰਗ ਪੱਟ ਹੋਣ ਦੀ ਐਂ ਪੂਰੇ ਚੇਪਾਂ 'ਚ ਲੈ ਜਾਂਦਾ ਹੁੰਦਾ ਸੀ ਪੇਂਟ ਦਾ ਠੀਕ ਹੈ ਜੀ ਪਹਿਲਾਂ ਕ੍ਰੀਮ ਹੋ ਜਾਂਦੇ ਹੁੰਦੇ ਥੱਲੇ ਫਿਰ ਹੌਲੀ ਹੌਲੀ ਉਹ ਪ੍ਰਾਈਮਰ ਖਤਮ ਹੋ ਜਾਂਦਾ ਸੀ ਰੰਗ ਲੱਥੀ ਜਾਣਾ ਫਿਰ ਇਹ ਜੰਗ ਲੱਗ ਜਾਂਦਾ ਹੁੰਦਾ ਸੀ ਇਹਨਾਂ ਨੂੰ ਵੈਸੇ ਵੀ ਇਹਦੀ ਹਾਲਤ ਬਹੁਤ ਖਰਾਬ ਸੀ ਜੀ ਬਹੁਤ ਜ਼ਿਆਦਾ ਨੈਗਲੈਕਟਡ ਔਰ ਅਬਿਊਜ਼ਡ ਟਰੈਕਟਰ ਸੀਗਾ ਅੱਛਾ ਜੀ ਹਾਂਜੀ ਤੇ ਮਤਲਬ ਚੰਗਾ ਵਾਇਆ ਹੋਇਆ ਟਰੈਕਟਰ ਸੀਗਾ ਇਹ ਨਾ ਖਰਾਬ ਕੀਤਾ ਹੋਇਆ ਟਰੈਕਟਰ ਸੀਗਾ ਜੀ ਇਹ ਮਤਲਬ ਸਕ੍ਰੈਪ ਹੋ ਗਿਆ ਹੋਇਆ ਸੀਗਾ ਲੋ ਅੱਛਾ ਤੇ ਜੇ ਹੁਣ ਮੈਂ ਤਾਂ ਸੁਜੈਸਟ ਕੀਤਾ ਸੀ ਉਹਨਾਂ ਨੂੰ ਵੀ ਇਹ ਨਵੇਂ ਆਉਂਦੇ ਆ ਤੁਸੀਂ ਇੱਥੇ ਪੈਸੇ ਨਾ ਲਓ ਵੀ ਨਵਾਂ ਲੈ ਲਓ ਤੇ ਉਹ ਕਹਿੰਦੇ ਨਹੀਂ ਜੀ ਸਾਡਾ ਆਪਦਾ ਪੁਰਾਣਾ ਆ ਅਸੀਂ ਰੱਖਣਾ ਸੋ ਇਮੋਸ਼ਨ ਜੁੜੇ ਹੁੰਦੇ ਨੇ ਨਾ ਹਾਂਜੀ ਹਰੇਕ ਦੇ ਆਪਦੇ ਇਮੋਸ਼ਨ ਹੁੰਦੇ ਜੀ ਹਾਂਜੀ ਤੇ ਭਾਜੀ ਇਹਦੇ ਬੰਪਰ ਦੀ ਗੱਲ ਕਰਦੇ ਆ ਜਿਹੜਾ ਬੰਪਰ ਆ ਜਿਵੇਂ ਆਪਾਂ ਫੋਰਡ ਦੇ ਦੇਖਦੇ ਆ ਬਾਕੀ ਟਰੈਕਟਰਾਂ ਤੇ ਇਹਦਾ ਚੌੜਾ ਬੜਾ ਨਾ ਜਿਵੇਂ ਕਾਰ ਦਾ ਹੁੰਦਾ ਆ ਇਹਨਾਂ ਨੂੰ ਨਾ ਜੀ ਅਸਲੀ ਚ ਜਿਹੜੇ ਨਾਲ ਆਉਂਦੇ ਹੁੰਦੇ ਸੀ ਉਹ ਛੋਟੇ ਜਿਹੇ ਬੰਪਰ ਹੁੰਦੇ ਸੀ ਇਹਨਾਂ ਸਾਲਾਂ 'ਚ ਬਹੁਤ ਛੋਟੇ ਬੰਪਰ ਹੁੰਦੇ ਸੀ ਇਦਾਂ ਥੱਲੇ ਥੱਲੇ ਕੰਪੈਕਟ ਜਿਹੇ ਹੁੰਦੇ ਸੀ ਅੱਛਾ ਤੇ ਇਹ ਫਿਰ ਬਾਅਦ ਹੁਣ ਨਵੇਂ ਮਾਡਲਾਂ 'ਚ ਇਹ ਆਉਂਦੇ ਆ ਜੀ ਹੁਣ ਉਹ ਮਿਲਦੇ ਨਹੀਂ ਉਹ ਬਹੁਤ ਰੇਅਰ ਬੰਪਰ ਆ ਕਿਸੇ ਕੋਲ ਜਿੰਨਾ ਕੋਲੇ ਹੋਊਗੇ ਉਹ ਦਿੰਦੇ ਨਹੀਂ ਆ ਤੇ ਮਿਲਦੇ ਵੀ ਬਹੁਤ ਘੱਟ ਨੇ ਸੋ ਇਹ ਹੁਣ ਨਵੇਂ ਮਾਡਲ ਵਾਲਾ ਬੰਪਰ ਲੱਗ ਗਿਆ ਜੀ ਇਹਨੂੰ ਜਿਹੜੇ ਅੱਜ ਕੱਲ ਆਉਂਦੇ ਪਏ ਨੇ ਇਹ ਉਹਦਾ ਸੋਹਣਾ ਵੀ ਲੱਗਦਾ ਨਾ ਕਿ ਉਹ ਕਾਫੀ ਵੱਡਾ ਲੱਗਦਾ ਥੋੜਾ ਵੱਡਾ ਲੱਗਦਾ ਇਹ ਟਰੈਕਟਰ ਤੇ ਭਾਜੀ ਹੋਰ ਇਹਦੇ ਵਿੱਚ ਮੇਜਰ ਚੇਂਜ ਕਿਹੜੇ ਕੀਤੇ ਨੇ ਜਦੋਂ ਤੋਂ ਟਰੈਕਟਰ ਤੁਹਾਡੇ ਕੋਲ ਆਇਆ ਤਾਂ ਤੁਸੀਂ ਇਹਦਾ ਕਿਹੜੀ ਕਿਹੜੀ ਚੀਜ਼ ਹੋਰ ਬਣਾਈ ਆ ਇਹਦੇ 'ਚ ਕੋਈ ਚੇਂਜਸ ਨਹੀਂ ਹੈਗੇ ਜੀ ਬਿਲਕੁਲ ਫੈਕਟਰੀ ਸਪੈਕਸ ਤੇ ਆ ਸਿਰਫ ਫੈਕਟਰੀ ਨਾਲੋਂ ਜ਼ਿਆਦਾ ਡਿਟੇਲਡ ਪੇਂਟਿੰਗ ਹੋਈ ਹੋਈ ਹੈ ਇਹਦੇ 'ਚ ਫੈਕਟਰੀ ਨਾਲੋਂ ਜ਼ਿਆਦਾ ਮੈਂ ਦੇਖਿਆ ਕਿ ਇੱਥੇ ਨਾ ਜਦੋਂ ਆਪਾਂ ਖੜੇ ਸੀਗੇ ਤਾਂ ਦੋ ਤਿੰਨ
ਸੋ ਸਾਡੇ ਕੋਲ ਜਲਦੀ ਵਾਲਾ ਸਾਡੇ ਉਹ ਚ ਸਾਡੇ ਕਿਤਾਬ ਹੈ ਨਹੀਂ ਜਲਦੀ ਵਾਲੀ ਚੀਜ਼ ਸੋ ਜਿਵੇਂ ਇਹਦੇ ਭਾਜੀ ਨਾਟ ਨੇ ਸਾਰੇ ਹਾਂਜੀ ਇਹ ਮੈਸੀਆਂ ਦੇ ਵਿੱਚ ਉਹ ਪ੍ਰੋਬਲਮ ਹੁੰਦੀ ਹੈ ਮੈਨੂੰ ਲੱਗਦਾ ਕਿ ਕੋਈ ਸਿਲਵਰ ਜਾਂ ਹਾਂਜੀ ਹਾਂ ਮੈਸੀ ਦੇ ਵਿੱਚ ਕੋਈ ਕੋਈ ਜ਼ਿੰਕ ਯੈਲੋ ਕਲਰ ਦਾ ਗੋਲਡਨ ਕੀਤੀ ਹੁੰਦਾ ਕੋਈ ਸਿਲਵਰ ਹੁੰਦੀ ਹੈ ਸੋ ਇਹ ਸਾਨੂੰ ਕਰਨਾ ਪੈਂਦਾ ਜੇ ਅਸੀਂ ਸੈਗਰੀਗੇਟ ਕਰਕੇ ਸਾਰਾ ਸਮਾਨ ਸੌਰਟ ਆਊਟ ਕਰਕੇ ਤੇ ਅਸੀਂ ਇਹਨੂੰ ਜ਼ਿੰਕ ਕਰਾ ਦੇਈਦਾ ਸਿੰਗਲ ਕਲਰ ਚ ਅੱਛਾ ਜੀ ਹਾਂਜੀ ਤੇ ਭਾਜੀ ਆਪਾਂ ਜਿਹੜੇ ਮੈਸੀ ਦੀ ਗੱਲ ਕਰਦੇ ਇਸ ਮਾਡਲ ਦੀ 241 ਇਹਨਾਂ ਦੀ ਵੈਸੇ ਸਪੈਸ਼ਲਿਟੀ ਕੀ ਹੈ ਖਾਸੀਅਤ ਇਹਨਾਂ ਦੇ ਵਿੱਚ ਕੀ ਆ ਭਾਜੀ ਛੋਟੇ ਟਰੈਕਟਰਸ ਨੇ ਐਂਡ ਬਹੁਤ ਫਿਊਲ ਐਫੀਸ਼ੀਐਂਟ ਆ ਔਰ ਬਹੁਤ ਪਾਵਰਫੁਲ ਆ ਵੱਡੇ ਟਰੈਕਟਰ ਜਿੰਨਾ ਕੰਮ ਕਰਦੇ ਜੀ ਇਹ ਸਿਰਫ ਦੇਖਣ ਵਾਸਤੇ ਛੋਟੇ ਹੁੰਦੇ ਆ ਅੱਛਾ ਕਿਉਂਕਿ ਇਹਨਾਂ ਦਾ ਆਪਣਾ ਵੇਟ ਬਹੁਤ ਘੱਟ ਹੁੰਦਾ ਇਸ ਕਰਕੇ ਜਿੰਨੇ ਵੀ ਪਾਵਰ ਪ੍ਰੋਡਿਊਸ ਕਰਦੇ ਉਹ ਸਾਰੀ ਜਿਹੜੇ ਸਾਡੀ ਫਾਈਨਲ ਡਰਾਈਵ ਤੇ ਚਲੀ ਜਾਂਦੀ ਆ ਕਿਉਂਕਿ ਜਿਹੜਾ ਫੋਰਡ ਹੁੰਦਾ ਫੋਰਡ ਦਾ ਆਪਦਾ ਭਾਰ ਜ਼ਿਆਦਾ ਹੁੰਦਾ ਠੀਕ ਹੈ ਜੀ ਫੋਰਡ ਲੰਬਾ ਜ਼ਿਆਦਾ ਹੁੰਦਾ ਉਹਨੂੰ ਆਪਣੇ ਆਪ ਨੂੰ ਚਲਾਉਣ ਦੇ ਵਿੱਚ ਪਾਵਰ ਲੋਸਿਸ ਹੁੰਦੇ ਆ ਠੀਕ ਹੈ ਇਹਦੇ ਪਾਵਰ ਲੋਸਿਸ ਕੰਪੈਰੀਟਿਵਲੀ ਘੱਟ ਹੁੰਦੇ ਆ ਇਹਦੇ ਕਰਕੇ ਇਹਦੀ ਫਿਊਲ ਐਫੀਸ਼ੀਐਂਸੀ ਬਹੁਤ ਚੰਗੀ ਹੈ ਦੂਜਾ ਮੈਸੀ ਦੀ ਜਿਹੜੀ ਬੈਸਟ ਪਾਰਟ ਹੁੰਦੀ ਜੀ ਮੈਸੀ ਦਾ ਲਿਫਟ ਅੱਛਾ ਜੀ ਇਹਦੀ ਤੁਸੀਂ ਜਿਹੜੀ ਆ ਫੀਲਡ ਡੈਪਥ ਹੈ ਨਾ ਕਿ ਜਿਹੜੇ ਜਦੋਂ ਤੁਸੀਂ ਪਲੋਇੰਗ ਕਰਦੇ ਆ ਤੁਸੀਂ ਐਮ ਐਮ ਸੀ ਵੀ ਕੰਟਰੋਲ ਕਰ ਸਕਦੇ ਇੰਨੀ ਜ਼ਿਆਦਾ ਪ੍ਰਿਸਾਈਜ਼ ਲਿਫਟ ਹੁੰਦੀ ਇਹਦੀ ਮਤਲਬ ਭਾਵੇਂ ਤੁਸੀਂ ਜੇ ਕਹਿ ਲਓ ਇੰਨੀ ਵੀ 2 ਫੁੱਟ ਵੀ ਨੀਵੀਂ ਕਰਨੀ ਆ ਜਾਂ ਉੱਚੀ ਕਰਨੀ ਆ ਤਾਂ ਤੁਸੀਂ ਓਪਰੇਟਰ ਦੇ ਹੱਥ ਹੁੰਦਾ ਇਹ ਬਹੁਤ ਜ਼ਿਆਦਾ ਬਹੁਤ ਐਕੂਰੇਟ ਜਿਹੜੀ ਆ ਇਹ ਬਹੁਤ ਰਿਫਾਈਨਡ ਲਿਫਟ ਆਈਆਂ ਸੀ ਇਹਦਾ ਜੀ ਤੇ ਭਾਜੀ ਇਹਦੇ ਟਾਇਰਾਂ ਦੀ ਗੱਲ ਕਰਦੇ ਇਹਦੇ ਟਾਇਰ ਜਿਹੜੇ ਨੇ ਪਲੇਨ ਰਿਬ ਪਾਏ ਹੋਏ ਨੇ ਤੁਸੀਂ ਪਲੇਨ ਰਿਬ BKD ਆ ਜੀ 616 ਅਸੀਂ ਵੈਸੇ ਪਹਿਲਾਂ ਪਲੇਨ ਰਿਬ ਨਾਰਮਲੀ ਅਸੀਂ MRF ਦੇ ਪਾਉਨੇ ਹੁੰਨੇ ਆ ਪਰ ਐਕਚੁਅਲੀ ਜਿਹਦੀ ਜੋ ਰਿਕੁਆਇਰਮੈਂਟ ਆ ਜੀ ਓਨਰਸ ਕਹਿੰਦੇ ਸੀ ਵੀ BKD ਪਾਉਨੇ ਨੇ ਅਸੀਂ ਕਿ BKD ਪਾ ਦਿੰਨੇ ਜੀ ਤੇ ਉਦੋਂ ਵੀ ਇਹੀ ਸਾਈਜ਼ ਆਉਂਦਾ ਹੁੰਦਾ ਸੀਗਾ 616 ਆਉਂਦਾ 616 ਆਉਂਦਾ ਸੀ ਇਹਨੂੰ ਪਿੱਛੇ ਵੀ 12 4 28 ਦੇ ਆਉਂਦੇ ਹੁੰਦੇ ਸੀ ਇਹ ਡਾਇਮੰਡ ਵਾਲੇ ਨਾ ਪਹਿਲਾਂ ਵੀ 12 4 28 ਸਾਈਜ਼ ਆਉਂਦਾ ਸੀ ਹਾਂਜੀ ਅੱਜ ਵੀ ਅਸੀਂ ਉਹੀ ਰੱਖਿਆ ਪਰ ਇਹਦੇ ਚ ਜਿਹੜਾ ਆ ਡਾਇਮੰਡ ਪ੍ਰਿੰਟ ਹੈ ਨਾ ਜੀ ਇਹਦੀ ਸਪੈਸ਼ਲਿਟੀ ਹੁੰਦੀ ਸੀ ਇਹ ਜਿਹੜੇ ਬਾਹਰੋਂ ਟਰੈਕਟਰ ਆਉਂਦੇ ਹੁੰਦੇ ਜਦੋਂ ਪਹਿਲੇ ਟਾਈਮਾਂ ਜਦੋਂ 100-125 ਇੰਗਲੈਂਡ ਤੋਂ ਆਏ ਆ ਮੈਸੀ ਸਟੈਂਡਰਡ ਵੀ ਬਾਹਰੋਂ ਆਏ ਆ ਜਦੋਂ ਉਹਨਾਂ ਨੂੰ ਆਹੀ ਟਾਇਰ ਆਉਂਦਾ ਹੁੰਦਾ ਸੀ ਇਹ ਗੋਡੀਅਰ ਸ਼ੋਰ ਗ੍ਰਿਪ ਆ ਐਕਸਪੋਰਟ ਵਾਲਾ ਟਾਇਰ ਆ ਜੀ ਤੇ ਇਸ ਕਰਕੇ ਅਸੀਂ ਇਹ ਜਿਹੜਾ ਟਾਇਰ ਲੱਭ ਕੇ ਪਾਇਆ ਕਿਉਂਕਿ ਜੇ 12-4-25 ਪਾਉਣਾ ਫਿਰ ਕਿਉਂ ਨਾ ਉਹ ਟਾਇਰ ਪਾਇਆ ਜਾਵੇ ਜਿਹੜਾ ਸੋਹਣਾ ਲੱਗਦਾ ਦੇਖਣ ਨੂੰ ਮੈਨੂੰ ਇਹ ਲੱਗਦਾ ਸੀ ਸੋ ਇਹ ਮੇਰੀ ਚੋਇਸ ਦੇ ਹਿਸਾਬ ਨਾਲ ਮੈਂ ਪਾਤੇ ਜਦੋਂ ਆਪਾਂ 135 ਦੀ ਵੀਡੀਓ ਕੀਤੀ ਸੀ ਉਹਨੂੰ ਵੀ ਆਹੀ ਟਾਇਰ ਹਾਂਜੀ ਹਾਂਜੀ 135 ਨੂੰ ਵੀ ਇਹੀ ਪਾਇਆ ਮੈਂ 12 ਦੇ ਵਿੱਚ ਆਹੀ ਟਾਇਰ ਪਾਉਣਾ ਹੁੰਦਾ ਬਹੁਤ ਮੁਸ਼ਕਿਲ ਮਿਲਦੇ ਆ ਜੀ ਇਹ ਟਾਇਰਸ ਪਰ ਅਸੀਂ ਕੋਸ਼ਿਸ਼ ਕਰਕੇ ਲੱਭ ਲਈਦੀ ਜੀ ਤੇ ਫਿਰ ਇਹ ਰੇਟ ਵੀ ਤਾਂ ਜ਼ਿਆਦਾ ਹੋਣਗੇ ਤੁਸੀਂ ਥੋੜਾ ਜਿਹਾ ਜ਼ਿਆਦਾ ਹੁੰਦਾ ਜੀ ਥੋੜਾ ਜਿਹਾ ਜ਼ਿਆਦਾ ਹੋਊਗਾ ਨਾ 2-3 ਹਜ਼ਾਰ ਰੁਪਏ ਐਕਸਟਰਾ ਪੇ ਕਰਨਾ ਪੈਂਦਾ ਜੀ ਕਿਉਂਕਿ ਰੂਟੀਨ 'ਚ ਕੋਈ ਮੰਗਾਉਂਦਾ ਨਹੀਂ ਵੈਸੇ ਵੀ ਹੁਣ 12 ਦੇ ਟਾਇਰਾਂ ਦੀ ਨਾ ਜੀ ਡਿਮਾਂਡ ਬਹੁਤ ਘੱਟ ਗਈ ਆ ਕਿਉਂਕਿ ਸਾਰੇ ਵੱਡੇ ਟਾਇਰ ਲੱਪੇ ਪਾਉਣ ਸੋ ਇੱਕ ਤਾਂ ਰੂਟੀਨ ਵਾਲੇ ਟਾਇਰ ਵੇਚਦੇ ਨੇ ਜਦੋਂ ਅਸੀਂ ਸਪੈਸ਼ਲ ਆਰਡਰ ਕਰਦੇ ਨੇ ਤਾਂ ਟਾਇਰ ਮਹਿੰਗੇ ਮਿਲਦੇ ਆ ਜੀ ਤੇ ਇਹਦੀ ਭਾਈ ਰਿੰਮਾਂ ਦੀ ਆਪਾਂ ਦੇਖਦੇ ਸੀਗੇ ਬਿੱਲੇ ਇੱਕ ਵਾਰੀ ਨੇੜੇ ਆ ਕੇ ਦਿਖਾ ਲਦੇ ਕਿ ਜੇ ਨਾ ਥੋੜੀ ਪਾਲਿਸ਼ ਆਪਾਂ ਹੋਰ ਕਰ ਦਈਏ ਤਾਂ ਜਿਵੇਂ ਮੂੰਹ ਦਿਖਣ ਵਾਲਾ ਕੰਮ ਹੋ ਜੀ ਨਾ ਜਨਾ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਜਿੰਨੇ ਲਾਈਟ ਕਲਰਸ ਹੁੰਦੇ ਨਾ ਜੀ ਹਾਂਜੀ ਉਹਨਾਂ ਤੇ ਰਿਫਲੈਕਸ਼ਨ ਲਿਆਉਣੀ ਬਹੁਤ ਡਿਫਿਕਲਟ ਹੁੰਦੀ ਹੈ ਕਿਉਂਕਿ ਲਾਈਟ ਕਲਰ ਰਿਫਲੈਕਟ ਘੱਟ ਕਰਦੇ ਆ ਪਰ ਸਾਡੇ ਤੁਸੀਂ ਇਹਨੂੰ ਜੇ ਮੋਨੀਟਰ ਕਰੋਗੇ ਤਾਂ ਸਿਲਵਰ ਤੇ ਵੀ ਇੰਨੀ ਜ਼ਿਆਦਾ ਚਮਕ ਆ ਕਿ ਅਗਰ ਮਤਲਬ ਇਹ ਡਾਰਕ ਹੁੰਦਾ ਤੇ ਇਹਨੇ ਬਹੁਤ ਜ਼ਿਆਦਾ ਰਿਫਲੈਕਟ ਕਰਨਾ ਸੀ ਇਹ ਆਪਣੇ ਆਪ ਚ ਵੀ ਲਾਈਟ ਕਲਰਸ ਅਸੀਂ ਸਪੈਸ਼ਲਾਈਜ਼ ਕਰ ਗਏ ਜੀ ਇਸ ਚੀਜ਼ ਕਿ ਅਸੀਂ ਵਾਈਟ ਕਲਰਸ ਨੂੰ ਵੀ ਬਹੁਤ ਜ਼ਿਆਦਾ ਸ਼ਾਈਨ ਕਰਨ ਲਾ ਦਿੰਦੇ ਤੇ ਬਹੁਤ ਸੋਹਣਾ ਲੱਗਦਾ ਟਰੈਕਟਰ ਜੇ ਤੁਸੀਂ ਇਕੱਲਾ ਦੇਖੋਗੇ ਨਾ ਟਰੈਕਟਰ ਤੇ ਸਾਰੇ ਫੋਰਡ ਖੜੇ ਨੇ ਇਕੱਲਾ ਮੈਸੀ ਖੜਾ ਤਾਂ ਹਰੇਕ ਟਰੈਕਟਰ ਦੀ ਆਪਣੀ ਆਪਣੀ ਉਹ ਨਾ ਰੋਬ ਲੱਗਦਾ ਦੇਖਣ ਨੂੰ ਜੀ ਤੇ ਇਸ ਤੋਂ ਬਾਅਦ ਭਾਜੀ ਪਿੱਛੇ ਆ ਜਾਂਦੇ ਆ ਤੇ ਬਿੱਲੇ ਇੱਕ ਵਾਰੀ ਪਿੱਛੇ ਦਿਖਾ ਲਦੇ ਮੈਨੂੰ ਲੱਗਦਾ ਪਿੱਛੇ ਓਨਰਸ ਨੇ ਆਪਣੇ ਹਿਸਾਬ ਨਾਲ ਇਹਨੂੰ ਕੀਤਾ ਹੋਇਆ ਹੈ ਨਾ ਇਹਨੂੰ ਸਿਰਫ ਹੁੱਕ ਲੱਗਿਆ ਹੋਇਆ ਜੀ ਹਾਂਜੀ ਤੇ ਜਦੋਂ ਇਹ ਟਰੈਕਟਰ ਆਇਆ ਸੀ ਬਿਨਾਂ ਹੁੱਕ ਤੋਂ ਸੀਗਾ ਅੱਛਾ ਜੀ ਫਿਰ ਇਹ ਹੁੱਕ ਇੱਥੇ ਬਣਾਉਂਦੇ ਨੇ ਜੀ ਨੇੜੇ ਮਾਲਪੁਰ ਬਣਾਉਂਦੇ ਆ ਹੁੱਕ ਬੰਦੇ ਉਹਨਾਂ ਦਾ ਇਹਨਾਂ ਨੇ ਮੈਨੂੰ ਪੁੱਛਿਆ ਕਿੱਥੋਂ ਬਣਾਈ ਹੈ ਮੈਂ ਕਿਹਾ ਜੀ ਉੱਥੇ ਬਣਾਉਂਦੇ ਸੋਹਣੀ ਹੁੱਕ ਉਹਨਾਂ ਤੋਂ ਜਾ ਕੇ ਬਣਵਾ ਲਿਆ ਅੱਛਾ ਹੁੱਕ ਨਹੀਂ ਬਣਵਾ ਲਈ ਇਹਦੀ ਬਸ ਹੁੱਕ ਉਹਨੇ ਆਪ ਹੀ ਬਣਵਾ ਲਈ ਸੀ ਤੇ ਭਾਜੀ ਆਪਾਂ ਇਸ ਤੋਂ ਬਾਅਦ ਨਾ ਇਹਦੇ ਆਹ ਦਿਖਾਉਂਦੇ ਆ ਕਿ ਟਰੈਕਟਰ ਮੈਨੂੰ ਲੱਗਦਾ ਥੋੜਾ ਅਪਗ੍ਰੇਡ ਵੀ ਕੀਤਾ ਨਾ ਉਹਨੇ ਇਸ ਏਰੀਆ ਤੋਂ ਕੀਤਾ ਲੱਗਦਾ ਅਪਗ੍ਰੇਡ ਨਹੀਂ ਕੁਝ ਅਪਗ੍ਰੇਡਡ ਨਹੀਂ ਆ ਜੀ ਆਹ ਚੀਜ਼ ਉਹ ਇਦਾਂ ਹੀ ਆਉਂਦੀ ਸੀ ਇਹ ਅਸੈਂਬਲੀ ਐਵੇਂ ਆਉਂਦੀ ਸੀ ਇਹ ਪਹਿਲਾਂ ਹੀ ਆਉਂਦੀ ਸੀ ਜੀ ਹੁਣ ਨਹੀਂ ਆਉਂਦੀ ਅੱਛਾ ਇਹ ਐਵੇਂ ਲੱਗਦਾ 2004-5 ਵਾਲੇ ਜਿਹੜੇ ਮਾਡਲ ਸੀ ਇਹਦੇ ਚ ਲਾਈਟਾਂ ਵੀ ਇੱਥੇ ਆਨ ਹੁੰਦੀਆਂ ਸੀ ਇੱਥੇ ਡਿੱਪਰ ਵੀ ਇਹਦੇ ਚ ਸੀ ਇੰਡੀਕੇਟਰਸ ਵੀ ਇਹਦੇ ਚ ਆ ਤੇ ਕੰਬੀਨੇਸ਼ਨ ਸਵਿਚ ਸੀ ਇਹ 2004-5 ਵਾਲੇ ਮਾਡਲਾਂ ਦੇ ਵਿੱਚ ਇਦਾਂ ਹੀ ਆਏ ਜੀ ਇਹ ਤੁਹਾਨੂੰ ਦੇਖਣ ਨੂੰ ਐਵੇਂ ਲੱਗਦਾ ਜਿਹੜਾ ਬੰਦਾ ਪਹਿਲੀ ਵਾਰੀ ਦੇਖੂ ਫਿਰ ਨਵੀਂ ਚੀਜ਼ ਆ ਇਹਨਾਂ ਨੇ ਆ ਐਡੀਸ਼ਨਲ ਲਾਇਆ ਹੋਇਆ ਸੀਗਾ ਜੀ ਪਰ ਉਹ ਫਿਰ ਅਸੀਂ ਰਿਟੇਨ ਕਰ ਲਿਆ ਕਿ ਇਹ ਆਕਸਿਲਰੀ ਲਾਈਟਸ ਲਾ ਲੈਂਦੇ ਆ ਬੰਦੇ ਐਕਸਟਰਾ ਲੱਗ ਜਾਂਦੀਆਂ ਲਾਈਟਸ ਉਹ ਇਥੋਂ ਅਪਡੇਟ ਹੋ ਜਾਣਗੇ ਤੇ ਆ ਵੀ ਜਿਹੜੇ ਨੇ ਸਾਰੇ ਟੈਫੇ ਤੇ ਲੱਗੇ ਹੋਏ ਸਾਰੇ ਟੈਫੇ ਮਾਰਕੇ ਦੇ ਲੱਗੇ ਨੇ ਨਾ ਇਹਦੇ ਉੱਤੇ ਤੇ ਅਸੀਂ ਜੈਨੂਇਨ ਪਾਰਟਸ ਹੀ ਬਲੀਵ ਕਰਦੇ ਆ ਜੀ ਭਾਵੇਂ ਫੋਰਡ ਹੋਵੇ ਭਾਵੇਂ ਇਹ ਹੋਵੇ ਭਾਵੇਂ ਜਿਹੜਾ ਮਰਜ਼ੀ ਕੰਪਨੀ ਦਾ ਟਰੈਕਟਰ ਹੋਵੇ ਤੇ ਇਹਦਾ ਜਿੰਨਾ ਵੀ ਸਮਾਨ ਭਾਜੀ ਇਹਦੇ ਉੱਪਰ ਨਵਾਂ ਲੱਗਿਆ ਹੋਊਗਾ ਤੁਹਾਡੇ ਕੋਲੋਂ ਉਹ ਸਾਰਾ ਇਥੋਂ ਲੋਕਲੀ ਅਵੇਲੇਬਲ ਹੋ ਜਾਂਦਾ ਨਹੀਂ ਮੈਸੀ ਦੀ ਥੋੜੀ ਡਿਫਿਕਲਟੀ ਆਉਂਦੀ ਆ ਇਹਦੇ ਸਟਿੱਕਰਸ ਨਹੀਂ ਮਿਲਦੇ ਜੀ ਛੇਤੀ ਅੱਛਾ ਨਾਰਮਲੀ ਤੁਸੀਂ ਦੇਖੋਗੇ ਸਟਿੱਕ
ਤੇ ਡਾਇਰੈਕਟ ਵੀ ਅਸੀਂ ਮੰਗਾ ਲੈਂਦੇ ਜੀ ਉੱਥੋਂ। ਤੇ ਭਾਜੀ ਇਸ ਤੋਂ ਬਾਅਦ ਗੱਲ ਕਰਦੇ ਆ ਕਿ ਜਿਹੜਾ ਇਹ ਟਰੈਕਟਰ ਆ ਨਾ ਇਹਨੂੰ ਇਹ 0 ਤੋਂ ਲੈ ਕੇ ਹੁਣ ਤੱਕ ਬਣਾਉਣ 'ਚ ਟਾਈਮ ਕਿੰਨਾ ਕੁ ਲੱਗ ਗਿਆ ਹੋਊਗਾ? ਅਸੀਂ 4 ਮਹੀਨੇ ਦਾ ਟਾਈਮ ਲਿਆ ਸੀ ਜੀ, ਅਸੀਂ ਵਿਦਇਨ ਟਾਈਮ ਫਰੇਮ ਇਹ ਟਰੈਕਟਰ ਜਿਹੜਾ ਡਿਲੀਵਰ ਕਰਤਾ। 4 ਮਹੀਨੇ ਤੋਂ ਪਹਿਲਾਂ ਕਰ ਦਿੱਤਾ। ਹਾਂਜੀ ਹਾਂਜੀ। ਆਪਾਂ ਗੱਲ ਕਰਦੇ ਹਾਂ ਸ਼ੇਪ ਵਜੋਂ ਤਾਂ ਫੋਰਡ ਆ ਨਾ ਦੇਖਣ ਨੂੰ। ਹਾਂਜੀ ਹਾਂਜੀ ਹਾਂਜੀ। ਪਰ ਇੰਜਣ ਵਜੋਂ ਕਿੰਨਾ ਕੁ ਫਰਕ ਹੋਊਗਾ? ਬਹੁਤ ਫਰਕ ਹੈ ਜੀ, ਨਵੇਂ ਫਾਰਮ ਟਰੈਕ 45 ਜਿਹੜਾ ਇੰਜਣ ਆ ਰਿਹਾ ਉਹੀ ਆ ਰਿਹਾ ਇਹਦੇ 'ਚ। ਇਹ 'ਚ ਉਹੀ ਇੰਜਣ ਲੱਗਿਆ ਹੋਇਆ ਬਿਲਕੁਲ। ਲੇਟੈਸਟ ਟੈਕਨੋਲੋਜੀ ਨਾਲ ਆਇਆ ਜੀ ਟਰੈਕਟਰ। ਐਲਈਡੀ ਲਾਈਟਸ ਵੀ ਫੈਕਟਰੀ ਫਿਟਡ ਆਈਆਂ ਇਹਦੀਆਂ। ਅੱਛਾ। ਤੇ ਅਪਰੰਟ ਸ਼ੋ ਵੀ ਫੈਕਟਰੀ ਫਿਟਡ ਆ ਜੀ, ਅਸੀਂ ਕੋਈ ਚੇਂਜਸ ਨਹੀਂ ਕੀਤੀਆਂ। ਅਸੀਂ ਰਾਦਰ ਸਿਰਫ ਪੇਂਟ ਕੀਤਾ ਜੀ, ਇੱਕ ਗ੍ਰਿਲ ਤੋਂ ਲੈਦਾ ਮੈਨੂੰ ਲੱਗਦਾ ਕੋਈ ਸਮਾਨ ਅਸੀਂ ਨਵਾਂ ਨਹੀਂ ਲਾਇਆ। ਤੁਸੀਂ ਗ੍ਰਿਲ ਨੂੰ ਕਾਲਾ ਰੰਗ ਕਰ ਦਿੱਤਾ? ਇਹਦੇ ਗ੍ਰਿਲ ਉਹ ਕਾਲਾ ਹੀ ਚਾਹੁੰਦੇ ਸੀ। ਚਾਹੁੰਦੇ ਸੀ ਨਾ? ਉਹ ਚਾਹੁੰਦੇ ਸੀ ਕਾਲਾ ਹੀ ਕਰਨਾ, ਸੋ ਅਸੀਂ ਕਾਲਾ ਕਰਤਾ ਜੀ। ਹਜੇ ਕੋਈ ਬੰਪਰ ਨਹੀਂ ਲਾਇਆ? ਕੁਛ ਨਹੀਂ, ਕੁਛ ਨਹੀਂ ਲਾਇਆ ਜੀ, ਕੋਈ ਬੰਪਰ ਨਹੀਂ, ਕੁਛ ਨਹੀਂ। ਪਰ ਜਿਹੜਾ ਇਹ ਆ ਇਹਨੂੰ ਬੈਟਰੀ ਬਾਕਸ ਬਾਹਰ ਹੀ ਆਉਂਦਾ? ਇਹਨੂੰ ਬੈਟਰੀ ਬਾਕਸ ਬਾਹਰ ਆਉਂਦਾ ਜੀ। ਠੀਕ ਹੈ ਜੀ। ਅਸੀਂ ਕੋਈ ਵਾਇਰਿੰਗ ਨਹੀਂ ਨਵੀਂ ਲਾਈ, ਕੋਈ ਚੀਜ਼ ਕਿਸੇ ਚੀਜ਼ ਕੋਈ ਬਦਲਾਅ ਨਹੀਂ ਕੀਤਾ ਜੀ, ਜਸਟ ਪੇਂਟ ਕੀਤਾ ਹੈ। ਸਿਰਫ ਪੇਂਟ ਕੀਤਾ, ਕੋਈ ਵੀ ਚੇਂਜਸ ਨਹੀਂ ਹੈਗੀਆਂ। ਤੇ ਜਿਵੇਂ ਆ ਪਾਈਪਾਂ ਜ਼ਰੂਰ ਜ਼ਿੰਕ ਹੋਈਆਂ ਨੇ, ਜਿੰਨੀ ਕਿ ਡਿਟੇਲਿੰਗ ਅਸੀਂ ਕਰ ਸਕਦੇ ਸੀ ਆ ਕੀਤੀ, ਆ ਪਲੇਟ ਅਸੀਂ ਡਿਟੇਲ ਕੀਤੀ ਆ, ਆ ਨਟ ਬੋਲਟਸ ਜਿਹੜੇ ਪਾਏ ਨੇ ਫਰੰਟ ਐਕਸਲ ਦੇ, ਰਿਮਾਰੂਮਾ ਦੇ ਜਿਹੜੇ ਬੇਸਿਕ ਡਿਟੇਲਿੰਗ ਆ, ਸਿਰਫ ਉਹੀ ਕੀਤੀ ਅਸੀਂ। ਵੈਸੇ ਬਿੱਲੇ ਇੱਕ ਵਾਰੀ ਨਾ ਦਿਖਾ ਲਈਏ ਥੋੜਾ, ਇੱਥੇ ਰੱਖੀ ਕੈਮਰਾ ਤੇ ਭਾਜੀ, ਸੋਹਣਾ ਬੜਾ ਲੱਗਦਾ ਨਾ ਦੇਖਣ ਨੂੰ, ਬੜਾ ਸਾਫ ਸੁਥਰਾ ਜਿਹਾ ਟਰੈਕਟਰ ਲੱਗਦਾ। ਹਾਂਜੀ ਹਾਂਜੀ ਹਾਂਜੀ। ਜਿਵੇਂ ਢਲਾਈਆਂ ਦਿਖਾਲਦੇ ਬਿੱਲੇ ਕਿ ਭਾਜੀ ਢਲਾਈਆਂ ਇਹਦੀ ਐਵੇਂ ਨੇ ਜਿਵੇਂ ਪਿੱਛੋਂ ਪੁੱਟੀ ਲੱਗਦੀ। ਬਿਲਕੁਲ ਜੀ ਬਿਲਕੁਲ, ਬਹੁਤ ਸਾਫ ਢਲਾਈਆਂ ਆਈਆਂ ਜੀ। ਮਤਲਬ ਜੇ ਕੋਈ ਦੇਖੂਗਾ ਤਾਂ ਸ਼ਾਇਦ ਦੇਖ ਕੇ ਬੰਦੇ ਲੱਗੂ ਵੀ ਅਸੀਂ ਪੁੱਟੀ ਲਾਤੀ ਆ, ਪਰ ਨਹੀਂ ਜੀ, ਕੋਈ ਪੁੱਟੀ ਨਹੀਂ ਲੱਗੀ ਹੋਈ, ਇਹ ਓਰੀਜਨਲ ਢਲਾਈਆਂ ਹੀ, ਬਹੁਤ ਸਾਫ ਆਈਆਂ। ਉਹਨਾਂ ਦੇ ਵੀ ਕਾਰਨ ਆ ਜੀ, ਜਿੱਦਾਂ ਜਿੱਦਾਂ ਕੰਪੀਟੀਸ਼ਨ ਦਾ ਦੌਰ ਵਧੀ ਜਾ ਰਿਹਾ ਨਾ ਜੀ, ਫੈਕਟਰੀਜ਼ ਜਿਹੜੀਆਂ ਆ ਉਹ ਚੰਗੇ ਵੈਂਡਰਸ ਤੋਂ ਮਾਲ ਲੈਣ ਲੱਗੀਆਂ। ਹੁਣ ਢਲਾਈਆਂ ਕੋਈ ਹੋਰ ਨਵਾਂ ਵੈਂਡਰ ਕਰ ਰਿਹਾ, ਉਹ ਜਿਹੜੀਆਂ ਫਰਨਿਸ਼ ਸਾਫ ਹੋਣਗੀਆਂ, ਸੋ ਇਸ ਕਰਕੇ ਜ਼ਿਆਦਾ ਸੋਹਣੀ ਫਿਨਿਸ਼ ਆ ਗਈ। ਜੇ ਕੋਈ ਬਜ਼ੁਰਗ ਇਸ ਟਰੈਕਟਰ ਨੂੰ ਦੇਖੂਗਾ ਤਾਂ ਪਹਿਲਾਂ ਉਹਨੂੰ ਐਂ ਲੱਗੂਗਾ ਕਿੰਨਾ ਸਾਂਭ ਕੇ ਰੱਖਿਆ ਹੋਇਆ ਹੋਰ ਤੁਸੀਂ। ਨਹੀਂ ਇਹ ਪਤਾ ਲੱਗ ਜਾਂਦਾ ਦੇਖਣ ਨੂੰ ਕਿੰਨਾ ਮਾਡਲ ਹੈ। ਨੇੜੇ ਆ ਕੇ ਪਤਾ ਲੱਗਦਾ ਹੈ ਕਿ ਇਹ ਫਾਰਮ ਟਰੈਕ ਹੈ। ਤੇ ਭਾਜੀ ਇੱਥੇ ਵੀ ਕਾਫੀ ਚੇਂਜ ਆ ਨਾ ਇਸ ਟਰੈਕਟਰ ਦੇ? ਇਹਦੇ 'ਚ ਨਾ ਇੱਕ ਤਾਂ ਆਹ ਲੱਗਿਆ ਹੋਇਆ ਜੀ, ਟਰਾਂਸਪੋਰਟੇਸ਼ਨ ਦਾ ਲੌਕ ਲੱਗਿਆ ਹੋਇਆ, ਇਹਨੂੰ ਅਸੀਂ ਲਿਫਟ ਉੱਪਰ ਚੱਕ ਕੇ ਇਹਨੂੰ ਲੌਕ ਕਰਦੇ ਤਾਂ ਜਿਹੜਾ ਇੰਪਲੀਮੈਂਟ ਥੱਲੇ ਨਹੀਂ ਆਉਂਦਾ ਜੀ। ਠੀਕ ਹੈ। ਦੂਜਾ ਇਹ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ। ਠੀਕ ਹੈ ਜੀ। ਜੇ ਆਪਾਂ ਡਬਲ ਐਕਟਿੰਗ ਆ ਵੀ, ਜੇ ਆਪਾਂ ਚਲਾਉਣਾ ਇਹਦੇ ਨਾਲ ਕੋਈ ਵੀ ਇਕਵਿਪਮੈਂਟ ਚਲਾਉਣਾ ਆ ਹਾਈਡ੍ਰੋਲਿਕ ਆਪਰੇਟਡ, ਤੇ ਉਹ ਨਾਲ ਲੱਗਿਆ ਹੋਇਆ ਜੀ। ਤੇ ਹੋਰ ਇਹਦੇ ਡਿਜੀਟਲ ਮੀਟਰ ਨਾਲ ਆਇਆ ਜੀ, ਉਹ ਫਿਟਿੰਗ ਵਗੈਰਾ ਸਾਰੀ ਨਾਲ ਆਈਆਂ ਨੇ। ਕਿ ਮੀਟਰ ਡਿਜੀਟਲ ਆ ਤੇ ਇਹਦੇ ਵਿੱਚ ਆਹ ਸਾਕਟ ਜਾਂ ਦੇਤਾ ਕਿ ਤੁਸੀਂ ਇੱਥੇ ਫੋਨ ਵਗੈਰਾ ਵੀ ਚਾਰਜ ਕਰ ਸਕਦੇ ਹੋ ਜੀ? ਹਾਂਜੀ ਹਾਂਜੀ। ਅੱਛਾ, ਸਭ ਕੁਝ ਹੀ ਲੱਗਿਆ ਹੋਇਆ ਨੇ ਇਹਦੇ ਵਿੱਚ? ਬਿਲਕੁਲ ਜੀ ਬਿਲਕੁਲ, ਸਭ ਕੁਝ ਲੱਗਿਆ ਹੋਇਆ। ਇਹ ਲੇਟੈਸਟ ਟੈਕਨੋਲੋਜੀ ਵਾਲਾ ਟਰੈਕਟਰ? ਲੇਟੈਸਟ ਟੈਕਨੋਲੋਜੀ ਆ, ਆਵਾਜ਼ 3600 ਨਹੀਂ ਹੈਗੀ ਜੀ, ਫਰਾਟਾ ਨਹੀਂ ਮਾਰਦਾ। ਫਰਾਟਾ ਨਹੀਂ ਮਾਰੂਗਾ? ਨਹੀਂ, ਫਰਾਟਾ ਨਹੀਂ ਮਾਰਦਾ ਜੀ। ਇਹ ਜਦੋਂ ਤੁਸੀਂ ਸਟਾਰਟ ਕੀਤਾ ਸੀ ਮੋਦੋਂ ਸੁਣਿਆ ਸੀ ਕਿ ਬੜੀ ਉਹ ਨਾ ਮਿੱਠੀ ਜੀ ਆਵਾਜ਼। ਦੁਬਾਰਾ ਦਿਖਾਣਾ ਸਟਾਰਟ ਕਰਕੇ ਮੈਨੂੰ ਇੱਕ ਵਾਰੀ ਇੱਧਰ ਨੂੰ ਐਂਗਲ ਲੈ ਲਾ ਤੇ ਇਦੋਂ ਬਾਅਦ ਤੁਹਾਨੂੰ ਆਪਾਂ ਅਗਲੇ ਫੋਰ ਵੀ ਦਿਖਾਲਦੇ ਆ। ਉਹ ਵਾਲਾ ਫਰਾਟਾ ਨਹੀਂ ਹੈਗਾ ਜੀ ਇਹਦੇ 'ਚ, ਜਮਾਂ ਸਾਇਲੈਂਟ ਜੀ ਆਵਾਜ਼ ਆ ਨਾ ਇਹਦੀ। ਹਾਂਜੀ, ਦੋ ਨਵੇਂ ਟਰੈਕਟਰਾਂ 'ਚ ਹੁਣ ਤੇ ਪਿਛਲੇ ਪਾਸੇ ਕੁਝ ਚੇਂਜਸ ਆ ਇਹਦੇ 'ਚ। ਹਾਂਜੀ, ਜਿੱਦਾਂ ਇਹਦੇ 'ਚ ਆ ਗਿਆ ਜੀ ਪਿੱਛੋਂ ਇਹਦੀ ਜਿਹੜਾ ਸਿੱਧਾ ਕਰਤਾ ਜੀ ਹਿੱਸਾ ਜੀ, ਸੋ ਇਹ ਨਵੀਆਂ ਟਾਈਪ ਦੇ ਜਿਹੜੇ ਹੁੱਕਸ ਆ ਅੱਜ ਕੱਲ੍ਹ ਉਹ ਲਾਉਣ ਵਾਸਤੇ ਆ। ਤੁਸੀਂ ਇਹ ਗੋਲ ਨਹੀਂ ਹੈਗਾ ਨਾ? ਨਹੀਂ, ਇਹ ਗੋਲ ਨਹੀਂ, ਪਹਿਲਾਂ ਗੋਲ ਆਉਂਦਾ ਹੁੰਦਾ ਸੀ। ਬਾਕੀ ਹਲੇ ਇਹਦੇ ਡੀਕੈਲਸ ਅਸੀਂ ਪੂਰੇ ਨਹੀਂ ਲਾਏ ਕਿਉਂਕਿ ਇਹਦੇ 'ਚ ਨਾ ਉਹ ਛੱਤਰੀ ਦੇ ਯੂ ਲੱਗਣਾ ਹੈ, ਸੋ ਉਸ ਹਿਸਾਬ ਨਾਲ ਜਿੱਥੇ ਉਹਦੀ ਸੈਟਿੰਗ ਆਊਗੀ ਉਸ ਤੋਂ ਬਾਅਦ ਜਿੰਨੀ ਜਗ੍ਹਾ ਬਚੂਗੀ ਅਸੀਂ ਉਹਦੇ 'ਚ ਕਰ ਦਿਆਂਗੇ। ਆਹ ਅਸੀਂ ਜਿੱਦਾਂ ਆਪਣੇ ਟਰੈਕਟਰਾਂ 'ਚ ਸਪੋਰਟਸ 'ਚ ਸਾਰਾ ਨੀਲਾ ਕਰੀਦਾ, ਸੋ ਇਹਦੇ 'ਚ ਵੀ ਨੀਲਾ ਕਰਤਾ ਜੀ ਅਸੀਂ। ਦੇਖੋ ਜੀ ਲੈਂਪ ਤੇ ਟਰੈਕਟਰ, ਕਹਿੰਦੇ ਜੀ ਫਾਰਮ ਟਰੈਕ ਤੇ ਇਹ ਬਣ ਗਿਆ ਫੋਰਡ 3600 ਬਣ ਗਿਆ ਜੀ। ਹਾਂਜੀ ਹਾਂਜੀ। ਤੇ ਹੁਣ ਜਿਹੜੇ ਇਹਦੇ 'ਚ ਹੋਰ ਦੱਸਾਂ ਤੁਹਾਨੂੰ, ਇਧਰਲੇ ਪਾਸੇ ਨਾ ਜੀ ਆਹ ਚੀਜ਼ਾਂ ਇਹਦੀਆਂ ਵਿੱਚ ਹੀ ਰੰਗ ਕੀਤੀਆਂ ਹੋਈਆਂ ਸੀ ਆਲਟਰਨੇਟਰ ਤੇ ਸੈਲਫ ਪਹਿਲਾਂ ਹੀ ਕੰਪਨੀ ਵੱਲੋਂ ਹੀ। ਹਾਂ, ਤਾਂ ਅਗਰ ਅਸੀਂ ਇਹਨੂੰ ਹੁਣ ਮੰਨ ਲਓ ਡਿਟੇਲਿੰਗ ਕਰਨਾ ਤਾਂ ਪੋਸੀਬਲ ਨਹੀਂ ਸੀ, ਫਿਰ ਨਵਾਂ ਲਾਉਣਾ ਪੈਣਾ ਸੀ, ਸੋ ਨਵੇਂ ਟਰੈਕਟਰ ਤੇ ਨਵਾਂ ਸਮਾਨ ਲਾਉਣ ਦਾ ਕੋਈ ਸੈਂਸ ਨਹੀਂ ਬਣਦਾ, ਸੋ ਅਸੀਂ ਵੀ ਇਹਨਾਂ ਨੂੰ ਦੁਬਾਰਾ ਪੇਂਟ ਹੀ ਕਰਤਾ, ਇਹ ਵਿੱਚ ਰੰਗ ਕਰਨਾ ਮਜਬੂਰੀ ਬਣ ਗਈ। ਹਾਂਜੀ ਹਾਂਜੀ, ਇਹਨੂੰ ਅਸੀਂ ਵਿੱਚ ਹੀ ਕਰਤਾ ਜੀ। ਤੇ ਇਹ ਤਾਂ ਸੀਗਾ ਭਾਜੀ ਫਾਰਮ ਟਰੈਕ। ਹਾਂਜੀ, ਹੁਣ ਆ ਗਏ ਜਿਹੜੇ ਅਸਲੀ ਫੋਰਡ ਆ। ਹਾਂਜੀ, ਤੇ ਅਸਲੀ ਫੋਰਡ ਤਾਂ ਇਹਨਾਂ 'ਚ ਕੋਈ ਵੀ ਨਹੀਂ ਹੈਗਾ, ਵੈਸੇ ਮੋਡੀਫਾਈਡ ਫੋਰਡਸ ਨੇ, ਮੋਡੀਫਾਈਡ ਫੋਰਡ ਨੇ। ਬਿੱਲੇ ਇੱਕ ਵਾਰੀ ਨਾ ਉੱਥੋਂ ਫਰੇਮ ਲੈ ਕੇ ਦਿਖਾ ਲਈ ਕਿ ਜਿਵੇਂ ਫੋਰਡ ਲੱਗਦਾ ਨਾ ਕਿ ਇੱਕ ਛੋਟਾ ਜਿਹਾ ਟਰੈਕਟਰ ਲੱਗਦਾ ਦੂਰੋਂ ਦੇਖਣ ਨੂੰ, ਇਹ ਬਹੁਤ ਵੱਡੇ ਲੱਗਦੇ ਨੇ। ਇਹ ਵੱਡੇ ਹੋ ਗਏ ਜੀ, ਕਾਫੀ ਵੱਡੇ ਹੋ ਗਏ। ਹਾਂਜੀ, ਕਾਫੀ ਵੱਡੇ ਹੋਏ, ਇਹਨੂੰ ਵੱਡਾ ਬੰਪਰ ਲੱਗ ਗਿਆ, ਵੱਡੇ ਟਾਇਰ, ਵੱਡੇ ਟਾਇਰ ਪੈ ਗਏ। ਹਾਂਜੀ, ਇਹਦੇ ਕਰਕੇ ਕਾਫੀ ਵੱਡੇ ਵੱਡੀਆਂ ਲੁੱਕਸ ਹੋ ਗਈਆਂ ਜਿਹਨਾਂ ਟਰੈਕਟਰ ਸੀ। ਇਹ ਦੋਨੋਂ ਟਰੈਕਟਰਾਂ ਦੇ ਵਿੱਚ ਕਾਫੀ ਫਰਕ ਆ ਨਾ ਦੇਖਿਆ ਜਾਵੇ ਜੀ? ਕਾਫੀ ਫਰਕ ਹੈ, ਕਾਫੀ ਸਿਮਿਲੈਰਿਟੀਜ਼ ਵੀ ਹੈਗੀਆਂ ਪਰ ਕਾਫੀ ਫਰਕ ਵੀ ਹੈਗੇ ਨੇ। ਸਿਮਿਲੈਰਿਟੀਜ਼ ਆ ਜੀ, ਸਭ ਤੋਂ ਬੇਸਿਕ ਦੋਨਾਂ ਦੇ ਟਾਇਰ ਸੇਮ ਨੇ ਮਗਰਲੇ। ਹਾਂਜੀ, ਦੋਨਾਂ ਦੇ ਫੈਂਡਰ
ਤੇ ਉਤੋਂ ਪਾਵਰ ਸਟੀਅਰਿੰਗ ਕੀਤਾ ਹੋਇਆ ਹੈ ਪਾਵਰ ਸਟੀਅਰਿੰਗ ਕੀਤਾ ਹੋਇਆ ਜੀ ਪਾਵਰ ਸਟੀਅਰਿੰਗ ਹੋਇਆ ਹੋਇਆ ਐਕਟਰਸ ਤੇ ਇੱਕ ਨੂੰ ਬੰਪਰ ਬਹੁਤ ਭਾਰਾ ਲਾਇਆ ਤੁਸੀਂ ਦੇਖੋ ਹਾਂ ਜੀ ਕਾਫੀ ਖਾਸਾ weight ਹੋਣਾ ਜੀ ਮੇਰੇ ਖਿਆਲ 1.5-2 ਕੁਇੰਟਲ ਦਾ ਬੰਪਰ ਹੀ ਹੋਣਾ ਜੀ ਇਹ ਜਿਵੇਂ ਨਾਰਮਲੀ ਬੰਪਰ ਫੋਰਡ ਨੂੰ ਲੱਗਦੇ ਨੇ ਉਤੋਂ ਚੌੜਾ ਬਣਵਾਇਆ ਹੋਇਆ ਹੋਣੀ ਨਾ ਹਰ ਇੱਕ ਦੀ ਆਪਣੀ ਇੰਡੀਵਿਜੂਅਲ ਲਾਈਕਿੰਗ ਹੈ ਜੀ ਉਸ ਹਿਸਾਬ ਨਾਲ ਹਰ ਬੰਦਾ ਬਣਵਾ ਲੈਂਦਾ ਜੀ ਆਪਣੇ ਆਪਣੇ ਹਿਸਾਬ ਨਾਲ ਹਾਂ ਜੀ ਤੇ ਇਹਨੂੰ ਕਹਿੰਦੇ ਸੀ ਓਨਰਸ ਵੀ LED ਲਾਈਟਸ ਲਾਉਣੀਆਂ ਨੇ ਸੋ LED ਲਾਈਟਸ ਲੱਗ ਗਈਆਂ ਲਾਈਟਸ ਲੱਗ ਗਈਆਂ ਗ੍ਰਿਲ ਇਹਦੀ ਵੀ ਓਨਰਸ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਾਂਜੀ ਗ੍ਰਿਲ ਇਹਦੀ ਵੀ ਉਦਾਂ ਹੀ ਹੈ ਜੀ ਮੁੜ ਕੇ ਇਧਰਲੇ ਪਾਸੇ ਅਸਮਾਨ ਜਿਹੜਾ ਨਵਾਂ ਲੱਗਿਆ ਜੀ ਆਹ ਫਿਲਟਰ ਬੋਡੀ ਖਰਾਬ ਸੀ ਇਹਦੀ ਪਾਣੀ ਉਹ ਨਵੀਂ ਲੱਗੀ ਸੈਲਫ ਨਵਾਂ ਲੱਗ ਗਿਆ ਤੇ ਪਾਈਪਾਂ ਜਿਹੜੀਆਂ ਹੁੰਦੀਆਂ ਉਹ ਲੋਡ ਪੈਂਦੀ ਹੈ ਸਾਨੂੰ ਲਾਉਣ ਦੀ ਬੈਟਰੀ ਇਹਦੇ 'ਚ ਬਾਹਰ ਲੱਗਣੀ ਆ ਟੈਂਪਰੇਰੀਲੀ ਬੈਟਰੀ ਅੰਦਰ ਹੈ ਜੀ ਹਲੇ ਤੇ ਮੈਂ ਜੇ ਮੈਂ ਤੁਹਾਡੀ ਪਸੰਦ ਦੀ ਗੱਲ ਕਰਦਾ ਕਿਉਂਕਿ ਤੁਹਾਨੂੰ ਟਰੈਕਟਰਾਂ ਬਾਰੇ ਬਹੁਤ ਹੀ ਨੌਲੇਜ ਹੈ ਜਿਹੜੀ ਬੈਟਰੀ ਬਾਕਸ ਆਪਾਂ ਬਾਹਰ ਲਾਉਂਦੇ ਹਾਂ ਤੇ ਜਿਵੇਂ ਫੋਰਡ ਦੀ ਪਹਿਲਾਂ ਅੰਦਰ ਆਉਂਦੀ ਸੀਗੀ ਬੈਟਰ ਚੋਇਸ ਕਿਹੜੀ ਇਹਨਾਂ ਦੋਨਾਂ 'ਚੋਂ ਭਾਜੀ ਇਦਾਂ ਸੀ ਕਿ ਪਹਿਲਾਂ ਨਾ ਬੈਟਰੀਆਂ ਆਉਂਦੀਆਂ ਸੀ ਲੋ ਕੁਆਲਿਟੀ ਦੀਆਂ ਭਾਵੇਂ ਬ੍ਰਾਂਡਡ ਆਉਂਦੀਆਂ ਸੀ ਪਰ ਉਹਨਾਂ 'ਚ ਲੀਕੇਜ ਸੀ ਬਹੁਤ ਪ੍ਰੋਬਲਮ ਹੁੰਦੀ ਸੀ ਅੱਛਾ ਅੰਦਰ ਬੈਟਰੀ ਜਾਂ ਪਹਿਲਾਂ ਆਉਂਦੇ ਹੁੰਦੇ ਡਾਇਨਮੋ ਹਾਂਜੀ ਕਈ ਵਾਰੀ ਓਵਰਚਾਰਜ ਕਰ ਜਾਂਦੇ ਬੈਟਰੀ ਵਾਲਾ ਮਾਰ ਜਾਂਦੇ ਸੀ ਤੇਜ਼ਾਬ ਅੰਦਰ ਡੋਲ ਜਾਂਦਾ ਸੀ ਉਹ ਰੰਗ ਲੈ ਜਾਂਦਾ ਸੀ ਫਿਰ ਉਹ ਟਰੈਕਟਰ ਖਰਾਬ ਹੁੰਦੇ ਸੀ ਉਹਦੇ ਕਰਕੇ ਫਿਰ ਹੌਲੀ ਹੌਲੀ ਲੋਕਾਂ ਨੇ ਪਹਿਲਾਂ ਦੇਸੀ ਬੈਟਰੀ ਬਕਸੇ ਲਾਉਂਦੇ ਉਹ ਤੇ ਫੋਰਡ ਲਿਖੇ ਹੁੰਦੇ ਵੱਡੇ ਵੱਡੇ ਹੁੰਦੇ ਜਿਹੜੇ ਅੱਛਾ ਉਹ ਬੜੇ ਬੁਰੇ ਲੱਗਦੇ ਜੀ ਉਹ ਲਾਉਂਦੇ ਸੀ ਫਿਰ ਓਰਿਜਨਲ ਫਾਰਮ ਟਰੈਕ ਨੇ ਬਣਾਉਣੇ ਸ਼ੁਰੂ ਕਰਤੇ ਨਾ ਤੇ ਇਹਦੇ ਨਾਲ ਇਹ ਐਡਵਾਂਟੇਜ ਹੈ ਕਿ ਤੁਸੀਂ ਜਿਹਨਾਂ 'ਚ ਤਾਂ ਪਾਵਰ ਸਟੀਅਰਿੰਗ ਆ ਉਹਨਾਂ 'ਚ ਤਾਂ ਇਹ ਸੌਖੇ ਲੱਗ ਜਾਂਦੇ ਆ ਜਿਹਨਾਂ ਦੇ ਵਿੱਚ ਦੂਜੇ ਆ ਨਾ ਜਿੱਦਾਂ ਫਾਰਮ ਤੁਹਾਨੂੰ ਬਤਾਇਆ 45 ਦਾ ਰੇਡੀਅਸ ਆਮ ਲੱਗੀ ਹੈ ਜਿਹਦੇ 'ਚ ਉਹਨਾਂ 'ਚ ਫਿਰ ਬੈਟਰੀ ਬਕਸੇ ਨਾ ਇਹ ਸੋਹਣੇ ਨਹੀਂ ਲੱਗਦੇ ਬਾਹਰ ਆ ਜਾਂਦੇ ਆ ਕਾਫੀ ਬਾਹਰ ਆ ਜਾਂਦੇ ਨੇ ਪਰ ਮੇਰੇ ਕੋਲ ਅਗਰ ਆਪਣਾ ਟਰੈਕਟਰ ਹੋਊਗਾ ਤਾਂ ਮੈਂ ਆਪਣੇ ਦੀ ਬੈਟਰੀ ਅੱਜ ਦੀ ਡੇਟ 'ਚ ਅੰਦਰ ਰੱਖੂੰਗਾ ਕਿਉਂਕਿ ਅੱਜ ਕੱਲ੍ਹ ਇੱਕ ਤਾਂ ਲੋ ਹਾਈਟ ਬੈਟਰੀਜ਼ ਆ ਗਈਆਂ ਇੱਕ ਸਾਈਡ ਦੀਆਂ ਆ ਗਈਆਂ ਬੜੀਆਂ ਸੋਹਣੀਆਂ ਤੇ ਉਹਨਾਂ ਦੀ ਹਾਈਟ ਵੀ ਘੱਟ ਹੈ ਸੀਲਡ ਹੈ ਲੀਕੇਜ ਦੀ ਕੋਈ ਪ੍ਰੋਬਲਮ ਨਹੀਂ ਆ ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਜੀ ਹੁਣ ਜ਼ਿਆਦਾ ਇੰਪਰੂਵ ਹੋ ਗਿਆ ਜੀ ਕੰਮ ਤੇ ਜਿਹੜਾ ਭਾਜੀ ਇਹਦਾ ਪਾਵਰ ਸਟੀਅਰਿੰਗ ਕੀਤਾ ਹੋਇਆ ਇਹ ਵੀ ਜੈਨੂਨ ਕੀਤਾ ਹੋਇਆ ਅਸੀਂ ਨਹੀਂ ਕੀਤਾ ਜੀ ਇਹਦੇ 'ਚ ਇਹ ਪਹਿਲਾਂ ਕੀਤਾ ਕਰਾਇਆ ਆ ਅਸੀਂ ਇਹਨਾਂ ਇਹਦੇ 'ਚ ਉਹਦੇ 'ਚ ਉਹ ਤਿੰਨਾਂ ਟਰੈਕਟਰਾਂ 'ਚ ਤਿੰਨਾਂ ਫੋਰਡ 'ਚ ਕੋਈ ਮਕੈਨੀਕਲ ਕੰਮ ਨਹੀਂ ਸਿਰਫ ਤੁਹਾਡੇ ਵੱਲੋਂ ਪੇਂਟ ਅਸੀਂ ਮੈਸੀ ਦਾ ਮਕੈਨੀਕਲ ਕੰਮ ਜ਼ਰੂਰ ਕੀਤਾ ਜੀ ਫੋਰਡ ਦਾ ਅਸੀਂ ਕਿਸੇ ਵੀ ਟਰੈਕਟਰ ਦਾ ਮਕੈਨੀਕਲ ਕੰਮ ਨਹੀਂ ਕੀਤਾ ਸਿਰਫ ਪੇਂਟ ਜੋਬ ਭਾਵੇਂ ਤੁਸੀਂ ਕੀਤਾ ਨਹੀਂ ਹੋਇਆ ਪਰ ਤੁਸੀਂ ਕਰਦੇ ਹੋ ਵੈਸੇ ਉਦਾਂ ਹਾਂਜੀ ਹਾਂਜੀ ਜੇ ਕਿਸੇ ਨੇ ਕਰਵਾਉਣਾ ਹੋਵੇ ਬਿਲਕੁਲ ਕਰਦੇ ਹਾਂ ਔਰ ਅਸੀਂ ਜੈਨੂਇਨ ਸਪੇਅਰ ਪਾਰਟਸ ਦੇ ਨਾਲ ਹੀ ਕਰਦੇ ਹਾਂ ਭਾਜੀ ਇਹ 'ਚ ਸਭ ਤੋਂ ਸਪੈਸ਼ਲ ਚੀਜ਼ ਤਾਂ ਇਹਨਾਂ ਦੋਨੋਂ ਫੋਰਡ ਦੇ ਵਿੱਚ ਇਹਨਾਂ ਦੇ ਫੈਂਡਰ ਆ ਹਾਂਜੀ ਪਰ ਉਦੋਂ ਪਹਿਲਾਂ ਆਪਾਂ ਇਹਦੀ ਸੀਟ ਦੀ ਗੱਲ ਕਰਦੇ ਹਾਂ ਸੀਟ ਸੋਹਣੀ ਬੜੀ ਆ ਨਾ ਇਹਦੀ ਹਾਂਜੀ ਸੀਟ ਬਹੁਤ ਸੋਹਣੀ ਹੈ ਜੀ ਇਹ ਓਨਰਸ ਨੇ ਲਿਆਂਦੀ ਆ ਮੈਂ ਹੁਣ ਪਤਾ ਕਰੂੰਗਾ ਵੀ ਕਿੱਥੋਂ ਲੈ ਕੇ ਆਏ ਆ ਹਾਂਜੀ ਬਹੁਤ ਸੋਹਣੀ ਸੀਟ ਹੈ ਜੀ ਲੱਗੀ ਬਹੁਤ ਸੋਹਣੀ ਲੱਗਦੀ ਆ ਇਹ ਲੱਗ ਜਦਾ ਉਹ ਹਾਈ ਟੈਕ ਜੀ ਲੱਗਦੀ ਆ ਦੇਖਣ ਜੀ ਹਾਂ ਤੇ ਇਹ ਆਟੋਫਿਟ ਕੰਪਨੀ ਦੀ ਸੀਟ ਹੈ ਜੀ ਇਹਦੇ ਵਿੱਚ ਕਾਫੀ ਐਡਜਸਟਮੈਂਟ ਦੇ ਆਪਸ਼ਨਸ ਮਿਲਦਾ ਇੱਥੇ ਕਾਫੀ ਕਈ ਕੁਝ ਐਡਜਸਟ ਹੋ ਜਾਂਦਾ ਹੋਣਾ weight ਵੋਟ ਦੇ ਇੱਥੇ ਰੀਡਿੰਗ ਵੀ ਆਉਂਦੀ ਆ ਸੋ ਚੰਗੀ ਸੀਟ ਹੈ ਜੀ ਬਹੁਤ ਸੋਹਣੀ ਸੀਟ ਬਣੀ ਹੋਈ ਹੈ ਕਿਉਂਕਿ ਆਪਾਂ ਫੋਰਡ ਦੀ ਹੁਣ ਬਹੁਤ ਹੀ ਡਿਟੇਲ 'ਚ ਗੱਲ ਆਪਾਂ ਇਸ ਕਰਕੇ ਨਹੀਂ ਕਰਦੇ ਕਿਉਂਕਿ ਬਾਈ ਉਹਨਾਂ ਦੇ ਨਾਲ ਵੀਡੀਓ ਦੀ ਆਪਾਂ ਇੰਨੀਆਂ ਕਰ ਦਿੱਤੀਆਂ ਕਿ ਤੁਸੀਂ ਉਹ ਪਿੱਛੇ ਦੇਖ ਜਾ ਕੇ ਦੇਖ ਸਕਦੇ ਆ ਫੋਰਡ ਦੀ ਸਾਰੀ ਡਿਟੇਲ ਭਾਜੀ ਹੋਣੀ ਉਹ ਬਾਰ ਬਾਰ ਵੀ ਅਸੀਂ ਹੁਣ ਦਿੰਦੇ ਹਾਂ ਤਾਂ ਵੀਡੀਓ ਬਹੁਤ ਲੰਬੀ ਬਣ ਜਾਂਦੀ ਆ ਆਪਾਂ ਜਿਹੜੀਆਂ ਮੇਨ ਮੇਨ ਸਪੈਸ਼ਲ ਚੀਜ਼ਾਂ ਨੇ ਉਹਦੇ ਬਾਰੇ ਗੱਲ ਕਰਦੇ ਆ ਫੈਂਡਰ ਭਾਜੀ ਫੈਂਡਰ ਬਾਹਰੋਂ ਆਏ ਨੇ ਜੀ ਹਾਂ ਮੈਂ ਉਹੀ ਕਹਿਣ ਲੱਗਾ ਸੀ ਕਿ ਲੋਕਲ ਨਹੀਂ ਮਿਲਦੇ ਨੇ ਨਹੀਂ ਨਹੀਂ ਲੋਕਲ ਲੋਕਾਂ ਨੇ ਕਾਪੀ ਬਹੁਤ ਕੀਤੀ ਹੈ ਜੀ ਇੰਡੀਆ 'ਚ ਹਾਂਜੀ ਪਰ ਗੱਲ ਨਹੀਂ ਬਣ ਸਕੀ ਇਦਾਂ ਦੀ ਮਤਲਬ ਇਹਦੇ ਅੰਦਰ ਦੇਖੋ ਆ ਕਿੰਨੀ ਸੋਹਣੀ ਜਿਹੜੀ ਇਹਦੀ ਡਾਈ ਹੈ ਨਾ ਜੀ ਆ ਸਾਰੀ ਪ੍ਰੈਸ ਦੇ ਬਣੇ ਹੋਏ ਫੈਂਡਰਸ ਨੇ ਬਹੁਤ ਜ਼ਿਆਦਾ ਹਾਈ ਕੁਆਲਿਟੀ ਦੇ ਫੈਂਡਰਸ ਨੇ ਇਹ ਭਾਜੀ ਫੋਰਡ ਦੇ ਨੇ ਜੈਨੂਨ ਇਹ ਹੈਗੇ ਫੋਰਡ 3000 ਦੇ ਜਾਂ ਫੋਰਡ 3600 ਨੂੰ ਕੰਪੈਟੀਬਲ ਸੀ ਜਿਹੜੇ ਅਮਰੀਕਨ ਸਪੈਕਸ ਦੇ ਹੁੰਦੇ ਸੀ ਤੇ ਜੈਨੂਇਨ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਜੈਨੂਇਨ ਤਾਂ ਹੁਣ ਫੋਰਡ ਹੀ ਕੰਪਨੀ ਵੀ ਬੰਦ ਹੋ ਗਈ ਸੋ ਵੈਂਡਰਸ ਹੀ ਬਣਾ ਰਹੇ ਨੇ ਕੋਈ ਚੰਗੇ ਵੈਂਡਰਸ ਬਣਾ ਰਹੇ ਆ ਜਿਹੜੇ ਬਹੁਤ ਹਾਈ ਕੁਆਲਿਟੀ ਦੇ ਸੁਪੀਰੀਅਰ ਕੁਆਲਿਟੀ ਦੇ ਜਿਹੜੇ ਮਡਗਾਰਡਸ ਨੇ ਤੇ ਮੈਨੂੰ ਲੱਗਦਾ ਜਿਵੇਂ ਟਾਇਰ ਵੱਡੇ ਪਾਏ ਨੇ ਇਹਨੂੰ ਤਾਂ ਇਹਨਾਂ ਦੇ ਨਾਲ ਵੀ ਥੋੜੇ ਐਡਜਸਟਮੈਂਟ ਤੁਹਾਨੂੰ ਐਡਜਸਟਮੈਂਟ ਇਹ ਤੇ ਲੱਗਦੀ ਨਹੀਂ ਜੀ ਡਾਇਰੈਕਟ ਫਿਟਿੰਗ ਆਉਂਦੀ ਨਹੀਂ ਆ ਅਸੀਂ ਜਿਹੜੇ ਆ ਪਲੇਟ ਫੈਬਰਿਕੇਟ ਕੀਤੀ ਆ ਦੁਬਾਰਾ ਹਾਂਜੀ ਆ ਦੁਬਾਰਾ ਫਾਊਂਡੇਸ਼ਨ ਇਹਦਾ ਦੁਬਾਰਾ ਬਣਾਇਆ ਸੀ ਤੇ ਪਰ ਅਸੀਂ ਜੇ ਕੋਈ ਚੀਜ਼ ਫੈਬਰਿਕੇਟ ਵੀ ਕਰਦੇ ਨਾ ਜੀ ਤਾਂ ਅਸੀਂ ਜਗਾੜੂ ਤਰੀਕੇ ਨਾਲ ਨਹੀਂ ਕਰਦੇ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਪਲੇਟ ਆ ਦੁਬਾਰਾ ਲੱਗੀ ਹੋਈ ਆ ਜਿਵੇਂ ਬੜੀਆਂ ਅਸੀਂ ਫੈਕਟਰੀ ਲਾਈਕ ਫਿਟਿੰਗਸ ਕਰਦੇ ਆ ਹਾਂਜੀ ਤੇ ਬਾਕੀ ਤਾਂ ਇਹਦੇ 'ਚ ਇਹ ਕਿਉਂਕਿ ਇਹਦਾ ਅਤੇ ਉਹਦਾ 3600 ਦੇ ਟਿਊਬ ਦਾ ਫਰਕ ਹੁੰਦਾ ਸੁਰੱਖਾਂ ਦਾ ਫਰਕ ਹੁੰਦਾ ਅੱਛਾ ਸੋ ਇਹਦੇ ਨਾਲ ਲਾਉਣ ਵਾਸਤੇ ਸਾਨੂੰ ਇੱਕ ਤਾਂ ਲਿਫਟ ਕਰਨੇ ਪੈ ਜੀ 2-2 ਇੰਚ ਚੱਕਣੇ ਪਏ ਇਹ ਕਿਉਂਕਿ ਟਾਇਰਾਂ ਦੇ ਨਾਲ ਲੱਗ ਜਾਂਦੇ ਸੀ ਦੂਜੇ ਫਿਟਿੰਗ ਨੂੰ ਆਲਟਰੇਸ਼ਨ ਜ਼ਰੂਰ ਕਰਨੀ ਪੈ ਜਾਂਦੀ ਹੈ ਜੀ ਪਰ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ ਜੀ ਅਸੀਂ ਫਿਟਿੰਗ ਸੋਹਣਾ ਲੱਗਦਾ ਟਰੈਕਟਰ ਵੀ ਕਾਫੀ ਸੋਹਣਾ ਲੱਗਦਾ ਤੇ ਜੇ ਆਪਾਂ ਇਹ ਫੈਂਡਰਾਂ ਦੀ ਭਾਜੀ ਰੇਟ ਦੀ ਗੱਲ ਕਰਦੇ ਹਾਂ ਹਾਂਜੀ ਇਹ ਕਿੰਨੇ ਦੇ ਵਿੱਚ ਜੇ ਕਿਸੇ ਨੇ ਲੈਣੇ ਹੋਣ ਮੰਗਵਾਉਣੇ ਇਹ 20,000 ਦੇ ਫੈਂਡਰਸ ਨੇ ਜੀ ਅਸੀਂ ਕਿਉਂਕਿ ਇੱਕ ਬਹੁਤ ਵੱਡਾ ਲੋਟ ਚੱਕਿਆ ਸੀ ਇਸ ਕਰਕੇ ਸਾਨੂੰ ਥੋੜੇ ਜਿਹਾ ਸਸਤੇ ਪੈ ਗਏ ਸੀ ਸਾਨੂੰ ਟਰਾਂਸਪੋਰਟੇਸ਼ਨ ਥੋੜੀ ਘੱਟ ਪੈ ਗਈ ਸੀ ਜੇ ਕੋਈ ਸਿੰਗਲ ਪੇਅਰ ਲੈਂਦਾ ਤਾਂ 20,000 ਤੋਂ
ਸਭ ਤੋਂ ਸੋਹਣਾ ਫੋਰਡ ਜਿਹੜੇ ਹੁਣ ਖੜੇ ਨੇ ਨਾ ਜੇ ਦੇਖਣ ਦੀ ਗੱਲ ਕਰੀਏ ਜੱਚਦਾ ਉਹ ਆਹ ਰੋਹ ਵਾਲਾ ਫੋਰਡ ਖੜਾ ਨਾ ਇੱਥੇ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਜੀ ਇਹ ਇੰਗਲੈਂਡ ਤੋਂ ਸੋ ਆਪਣੇ ਆਪ 'ਚ ਬਹੁਤ ਸੋਹਣੀਆਂ ਲੱਗਦੀਆਂ ਨੇ ਪਰ ਬਹੁਤ ਐਕਸਪੈਂਸਿਵ ਸੈੱਟ ਆ ਜੀ ਇਹ ਤਕਰੀਬਨ 20-22 ਹਜ਼ਾਰ ਦਾ ਜਿਹੜਾ ਲੈਂਡ ਕਰਦਾ ਜੀ ਤੁਹਾਨੂੰ ਕਸਟਮਸ ਅਤੇ ਟ੍ਰਾਂਸਲੇਟ ਦੇ ਚਾਰਜਿਸ ਦੇ ਕੇ ਸੋ 20-22 ਹਜ਼ਾਰ 'ਚ ਪਹੁੰਚ ਜਾਂਦਾ ਜੀ ਤੁਹਾਨੂੰ ਇੰਡੀਆ ਪਹੁੰਚਦੇ ਪਿਛਲੇ ਟਾਇਰ ਸਾਈਜ਼ ਅਗੇਨ BKT 1498 ਇਹਦੇ ਫਰੰਟ ਟਾਇਰ ਸਾਈਜ਼ ਦਾ ਵੀ ਫਰਕ ਹੈ ਜੀ ਦੂਜੇ ਟਰੈਕਟਰ ਦੇ 916 ਸੀਗੇ ਇਹਨੂੰ ਪਏ ਹੋਏ ਜੀ 750-16 ਵੈਸੇ ਜ਼ਿਆਦਾ ਪ੍ਰਪੋਰਸ਼ਨੇਟ ਸਾਈਜ਼ ਆ ਜੀ 750-16 ਜ਼ਿਆਦਾ ਸੋਹਣਾ ਲੱਗਦਾ 916 ਥੋੜ੍ਹਾ ਜ਼ਿਆਦਾ ਵੱਡਾ ਲੱਗਦਾ ਜੇ ਅਸੀਂ ਕੰਪੇਅਰ ਕਰੀਏ ਜਿਵੇਂ ਹੁਣ ਤੁਸੀਂ ਵੀਡੀਓ 'ਚ ਵੀ ਦੇਖ ਸਕਦੇ ਦੋਵਾਂ ਬਰਾਬਰ ਖੜ੍ਹੇ ਨੇ ਪਰ ਉਹਦੇ ਨਾਲ 916 ਦਾ ਟਰੈਕਟਰ ਮੋਹਰੋਂ ਜ਼ਿਆਦਾ ਉੱਚਾ ਹੋ ਜਾਂਦਾ ਇਹਦੇ ਨਾਲ ਬਹੁਤ ਸੋਹਣਾ ਪ੍ਰਪੋਰਸ਼ਨੇਟ ਲੱਗਦਾ ਜੀ ਇਹਨੂੰ ਪੈਰ ਵਾਲਾ ਰੇਸ ਲਾਇਆ ਆਪਾਂ ਇਹ ਜਿਹੜਾ ਆਹ ਲੱਗਿਆ ਹੋਇਆ ਜੀ ਮੈਸੀ ਵਾਲਾ ਮੈਸੀ ਟਾਈਪਸ ਸੋ ਪੈਰ ਵਾਲਾ ਰੇਸ ਲੱਗਿਆ ਹੋਇਆ ਇੱਧਰਲੇ ਪਾਸੇ ਰਿਮਸ ਦੇ ਵਿੱਚ ਬਹੁਤ ਜ਼ਿਆਦਾ ਡਿਟੇਲਿੰਗ ਅਤੇ ਇਹਦੇ 'ਚ ਆਹ ਰਿੰਗ ਵੀ ਲੱਗਿਆ ਹੋਇਆ ਜੀ ਜਿਹੜਾ ਨਾਲ ਆਉਂਦਾ ਜੀ ਇਹ ਅੱਜ ਕੱਲ੍ਹ ਨਵੇਂ ਮਾਡਲਾਂ 'ਚ ਆਉਂਦਾ ਸੋ ਇਹ ਰਿੰਗ ਵੀ ਲਾਤਾ ਸੀ ਇਹਦੇ ਆਹ ਵਾਲੇ ਬੋਲਟਸ ਵੀ ਸਾਰੇ ਡਿਟੇਲਡ ਨੇ ਪਿਛਲੇ ਪਾਸੇ ਵੀ ਜਿਹੜੀਆਂ ਅੱਗੇ ਆਪਾਂ ਇਹਦੇ 'ਚ ਲਾਈਟਸ ਲਾਈਆਂ ਸੀ ਉਹਦੇ ਨਾਲ ਦੀਆਂ ਲਾਈਟਸ ਹੀ ਪਿੱਛੇ ਲੱਗੀਆਂ ਨੇ ਸੋ ਇਹ ਕੰਪਲੀਟ ਸੈਟਅਪ ਨਾ ਜੀ ਰਾਊਂਡ ਫੈਂਡਰਸ ਦਾ ਹੀ ਆ ਇਹਦੇ 'ਚ ਮਤਲਬ ਜਿਹੜੇ ਆ ਹਾਫ ਫੈਂਡਰਸ ਗੋਲਡ ਵਾਲੇ ਆਉਂਦੇ ਸੀ ਇਹਨਾਂ ਦੇ ਨਾਲ ਆਹੀ ਲਾਈਟਾਂ ਆਉਂਦੀਆਂ ਹੁੰਦੀਆਂ ਸੀ ਸੋ ਬੜੀ ਮੁਸ਼ਕਿਲ ਹੁੰਦਾ ਜੀ ਸੋਰਸ ਕਰਨਾ ਪਰ ਚਲੋ ਮਿਲ ਜਾਂਦੀਆਂ ਨੇ ਆਹ ਪਲੋ ਲੈਂਪ ਸਾਡਾ ਨੀਲਾ ਜਿੱਦਾਂ ਅਸੀਂ ਸਾਰੇ ਟਰੈਕਟਰਾਂ 'ਚ ਲਾਉਂਦੇ ਪਰ ਜੱਚ ਰਿਹਾ ਇਹਨੂੰ ਬਹੁਤ ਜ਼ਿਆਦਾ ਪਿਛਲੇ ਪਾਸੇ ਵੀ ਇਹਦਾ ਸਾਰਾ ਨਵਾਂ ਸੈਟਅਪ ਆ ਜੀ ਸਾਰਾ ਓਰਿਜਨਲ ਲੱਗਿਆ ਹੋਇਆ ਇਹਦੇ 'ਚ ਵੀ ਲਿੰਕਾਂ ਵੀ ਆ ਸਟੇਬਲਾਈਜ਼ਰਸ ਲੱਗੇ ਨੇ ਅਤੇ ਜਿੰਨੇ ਵੀ ਯੂ ਬੋਲਟਸ ਵਗੈਰਾ ਨੇ ਇਹ ਅਸੀਂ ਬਰੀਕੀ ਨਾਲ ਡਿਟੇਲਿੰਗ ਕਰਕੇ ਲਾਉਂਦੇ ਹਾਂ ਸੋ ਛੱਤਰੀ ਪਹਿਲਾਂ ਹੀ ਲੱਗੀ ਹੋਈ ਸੀ ਇਹਨੂੰ ਪਰ ਛੱਤਰੀ ਨਾਲ ਬਹੁਤ ਜੱਚ ਰਿਹਾ ਬਹੁਤ ਕੰਪਲੀਮੈਂਟ ਕਰ ਰਹੀ ਹੈ ਛੱਤਰੀ ਇਹਨੂੰ ਯੂ ਰੋਪਸ ਵੀ ਸੋਹਣਾ ਲੱਗ ਰਿਹਾ ਅਤੇ ਛੱਤਰੀ ਵੀ ਆਪਣੇ ਆਪ 'ਚ ਵਧੀਆ ਬਣੀ ਹੋਈ ਆ ਸੋ ਇੱਕ ਰੀਜ਼ਨੇਬਲ ਸਾਈਜ਼ ਦੀ ਛੱਤਰੀ ਵਧੀਆ ਲੱਗ ਰਹੀ ਹੈ ਜੀ ਇੱਧਰਲੇ ਪਾਸਿਓਂ ਚੱਲੀਏ ਤਾਂ ਆਪਾਂ ਫੁੱਟਰੈਸਟ ਨਵੇਂ ਲੱਗੇ ਨੇ ਪੈਡਲਸ ਨਵੇਂ ਲੱਗੇ ਨੇ ਆਹ ਜਿਹੜਾ ਥੱਲੇ ਛੋਟਾ ਜਿਹਾ ਫੁੱਟਸਟੈਪ ਆ ਇਹ ਵੀ ਨਵਾਂ ਲੱਗਿਆ ਹੋਇਆ ਇੱਧਰ ਆਹ ਚੀਜ਼ਾਂ ਜਿਹੜੀਆਂ ਵਾਸ਼ਰਸ ਵਗੈਰਾ ਹੁੰਦੀਆਂ ਲਿਫਟ ਆਰਮਸ ਦੀਆਂ ਇਹਨਾਂ ਨੂੰ ਅਸੀਂ ਡਿਟੇਲ ਕਰਤਾ ਅਤੇ ਜੋ ਕੁਛ ਵੀ ਆਪਾਂ ਇੱਧਰ ਕਰ ਸਕਦੇ ਸੀ ਕਿਉਂਕਿ ਜ਼ਿਆਦਾ ਚੀਜ਼ਾਂ ਨਹੀਂ ਹੁੰਦੀਆਂ ਇਸ ਪਾਸੇ ਇੰਜਣ ਦੇ ਲੈਫਟ ਸਾਈਡ 'ਤੇ ਡਿਟੇਲਿੰਗ ਦੀ ਕੋਈ ਆਪਸ਼ਨਸ ਨਹੀਂ ਹੁੰਦੀਆਂ ਆਹ ਡਿਪਸਟਿਕ ਆ ਇਹ ਅਸੀਂ ਜ਼ਿੰਕ ਕਰਾ ਕੇ ਲਾਤੀ ਆਲਟਰਨੇਟਰ ਲੂਕਸ ਦਾ ਨਵਾਂ ਲੱਗਿਆ ਇਹਨੂੰ ਅਤੇ ਹੁਣ ਤੁਸੀਂ ਤੁਹਾਨੂੰ ਮੈਂ ਪੇਂਟ ਫਿਨਿਸ਼ ਜ਼ਰੂਰ ਦਿਖਾਉਣੀ ਚਾਹੂੰਗਾ ਜੀ ਬਹੁਤ ਜ਼ਿਆਦਾ ਸੁਪਰ ਸਮੂਥ ਫਿਨਿਸ਼ ਆਉਂਦੀ ਹੈ ਸਾਡੇ ਕੋਈ ਡਲਕਾਂ ਨਹੀਂ ਹੁੰਦੀਆਂ ਕਿਤੇ ਵੀ ਅਸੀਂ ਜਿੰਨਾ ਵੀ ਕੰਮ ਕਰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੰਮ 'ਚ ਕੋਈ ਗਲਤੀ ਨਾ ਹੋਵੇ ਕੋਈ ਕਾਹਲੀ ਨਹੀਂ ਹੁੰਦੀ ਸਾਨੂੰ ਮਤਲਬ ਕਦੇ ਮੈਂ ਆਪਣੇ ਬੰਦਿਆਂ 'ਤੇ ਪ੍ਰੈਸ਼ਰ ਨਹੀਂ ਪਾਇਆ ਕਿ ਜਲਦੀ ਨਿਬੇੜੋ ਕੰਮ ਨੂੰ ਸੋ ਆਪਣੇ ਐਂਡ ਤੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਆ ਫਲੋਲੈਸ ਪੇਂਟ ਜੋਬਸ ਅਸੀਂ ਦੇ ਸਕੀਏ ਹੁਣ ਹਰ ਇੱਕ ਛੋਟੀ ਚੀਜ਼ ਦੇਖੋ ਈਵਨ ਆਹ ਵਾਲਾ ਵੀ ਸਾਡਾ ਈ ਟੋਪ ਦਾ ਲੱਗਿਆ ਹੋਇਆ ਆਹ ਥੋੜ੍ਹਾ ਜਿਹਾ ਰਹਿ ਗਿਆ ਸਟਿੱਕਰ ਲੱਗਿਆ ਹੋਇਆ ਸੋ ਹਰ ਇੱਕ ਚੀਜ਼ ਅਸੀਂ ਈ ਟੋਪ ਦੀ ਹੀ ਯੂਜ਼ ਕਰਦੇ ਹਾਂ ਸਾਰੀ ਵਾਇਰਿੰਗ ਨਵੀਂ ਹੋਈ ਹੈ ਟਰੈਕਟਰ ਦੀ ਲਾਈਟਾਂ ਨਵੀਆਂ ਲੱਗੀਆਂ ਨੇ ਸੋ ਆਪ ਬੇਸਿਕਲੀ ਜਿਹੜੇ ਆ ਨਾ ਜੀ ਖੜਾਵਾ ਸੋਹਣਾ ਬਣਿਆ ਟਰੈਕਟਰ ਦਾ ਇਹਦਾ ਵੀ 7x16 ਦੇ ਨਾਲ ਵੀ ਅਤੇ ਜ਼ਿਆਦਾ ਪ੍ਰਪੋਰਸ਼ਨੇਟ ਲੱਗਦਾ ਜੀ ਇਹ 916 ਨਾਲੋਂ ਵੀ ਕਿਉਂਕਿ ਉਹ ਮੋਹਰੋਂ ਉੱਚਾ ਹੋ ਜਾਂਦਾ ਇਹ ਬਿਲਕੁਲ ਸਿੱਧਾ ਰਹਿੰਦਾ ਜੀ ਟਰੈਕਟਰ ਹੁਣ ਤੁਹਾਨੂੰ ਟਾਈਮ ਫਰੇਮ ਦੀ ਗੱਲ ਕਰਦਾ ਜੀ ਇਹ ਸਾਰੇ ਟਰੈਕਟਰਾਂ ਨੂੰ ਅਸੀਂ ਲਿਆ ਸੀ ਜੀ 3-4 ਮਹੀਨੇ ਦਾ ਟਾਈਮ ਅਤੇ ਇਹ ਵਿਦਇਨ ਟਾਈਮ ਫਰੇਮ ਜਿਹੜੇ ਆ 3-4 ਮਹੀਨਿਆਂ ਦੇ ਵਿੱਚ ਟਰੈਕਟਰ ਤਿਆਰ ਹੋ ਗਏ ਅਸੀਂ ਟਾਈਮ ਬਾਉਂਡ ਰੈਸਟੋਰੇਸ਼ਨਸ ਕਰਦੇ ਹਾਂ ਜਿੰਨੇ ਵੀ ਜੋ ਵੀ ਪ੍ਰੋਮਿਸਡ ਟਾਈਮ ਹੁੰਦਾ ਕੋਸ਼ਿਸ਼ ਹੁੰਦੀ ਕਿ ਸਾਡੀ ਉਸ ਟਾਈਮ ਤੋਂ ਕੁਛ 10-15 ਦਿਨ ਮਹੀਨਾ ਜਿੰਨੀ ਜਲਦੀ ਹੋ ਸਕੇ ਅਸੀਂ ਟਾਈਮ ਤੋਂ ਪਹਿਲਾਂ ਦਿੰਦੇ ਹਾਂ ਅਸੀਂ ਟਾਈਮ ਤੋਂ ਉੱਪਰ ਨਹੀਂ ਟਪਾਉਂਦੇ ਅਤੇ ਉਮੀਦ ਕਰਦਾ ਕਿ ਤੁਹਾਨੂੰ ਜਿਹੜੀਆਂ ਸਾਡੀਆਂ ਰੈਸਟੋਰੇਸ਼ਨਸ ਆ ਉਹ ਚੰਗੀਆਂ ਲੱਗਦੀਆਂ ਹੋਣਗੀਆਂ ਅਤੇ ਮੈਂ ਆਸ ਕਰਦਾ ਕਿ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਜਿਹੜੀ ਪਸੰਦ ਆਈ ਹੋਊਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ